ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਹਿਲਾ ਰਾਗ ਗੌੜੀ ਬੀਬੀ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀੜੇ ਸਮਾਲੀਅਨ, ਦੇਖੇਗਾ ਦੇਵਣਹਾਰ, ਤੇਰੇ ਬਣੇ ਕੀਮਤ ਨਾ ਪਵੇ ਇਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣੋ ਅਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਣਹਾਰਾ ਸਿਮਰਿਐ ਨਾਨਕ ਸੇ ਦੇ ਪਾਵਨ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਣਹਾਰਾ ਸਿਮਰਿਐ ਨਾਨਕ ਸੇ ਦੇ ਪਾਵਨ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਧ ਸੰਗਤ ਜੀਓ, ਨਿਤਨੇਮ ਦੀ ਬਾਣੀਆਂ ਦੇ ਚੋਂ ਕੀਰਤਨ ਸੁਹੇਲਾ ਰੂਪ ਇੱਕ ਨਿਤਨੇਮ ਦੀ ਬਾਣੀ ਹੈ, ਜਿਸ ਨੂੰ ਨਿਤ ਪੜ੍ਹਨਾ ਸਿੱਖ ਲਈ ਲਾਜ਼ਮੀ ਕਰਾਰ ਦਿੱਤਾ ਹੈ। ਪੰਜ ਬਾਣੀਆਂ ਦਾ ਨਿਤਨੇਮ ਜਿੱਥੇ ਅੰਮ੍ਰਿਤ ਵੇਲੇ ਦਾ ਰਹਿਰਾਜ ਸਾਹਿਬ ਸ਼ਾਮ ਦਾ ਰਾਗ ਸੌਣ ਤੋਂ ਪਹਿਲੇ ਜੋ ਨਿਤ ਦੀ ਰਚਨਾ ਸਤਿਗੁਰ ਨੇ ਸਾਨੂੰ ਦਿੱਤੀ ਹੈ, ਉਹ ਇਹ ਬਾਣੀ ਹੈ ਤੇ ਇਸ ਬਾਣੀ ਦਾ ਨਾਂ ਹੈ ਸੋਹਿਲਾ। ਸੋਹਿਲੇ ਦੇ ਅਖਰੀ ਅਰਥ ਨੇ ਖੁਸ਼ੀ ਦੇ ਗੀਤ, ਮੰਗਲ ਦੇ ਗੀਤ, ਜਿਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਮੰਗਲ ਗੀਤ। ਉਹਦਾ ਹੀ ਪ੍ਰਾਕ ਬ੍ਰਿਜ ਜਾਂ ਪੰਜਾਬੀ ਰੂਪ ਹੈ ਸੋਹਿਲੇ ਦੇ ਗੀਤ। ਘਰ ਵਿੱਚ ਕਿਧਰੇ ਵਿਆਹ ਹੈ ਤਾਂ ਜੋ ਗੀਤ ਪੜ੍ਹੇ ਜਾਂਦੇ ਨੇ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਮੰਗਲ ਗੀਤ ਨੇ, ਖੁਸ਼ੀ ਦੇ ਗੀਤ। ਪੰਜਾਬੀ ਬ੍ਰਿਜ ਇਹਦੇ ਵਿੱਚ ਕਹਿੰਦੇ ਨੇ ਸੋਹਿਲਾ ਹੈ, ਖੁਸ਼ੀ ਦੇ ਗੀਤ। ਸੋਹਿਲੇ ਦਾ ਅਖਰੀ ਅਰਥ ਖੁਸ਼ੀ ਦੇ ਗੀਤ, ਖੁਸ਼ੀ ਦੀਆਂ ਧੁਨਾਂ, ਖੁਸ਼ੀ ਦਾ ਸੰਗੀਤ, ਖੁਸ਼ੀ ਦੀ ਵਾਰਤਾਲਾਪ। ਸੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀਆਂ ਦੇ ਬਕਾਇਦਾ ਨਾਮ ਨੇ, ਇਸ ਬਾਣੀ ਦਾ ਵੀ ਨਾਮ ਹੈ ਸੋਹਿਲਾ। ਰਾਗ ਗੌੜੀ ਹੈ, ਪਰ ਸਤਿਗੁਰ ਨੇ ਗੌੜੀ ਦੇ ਨਾਲ ਦੀਪਕੀ ਜੋੜਿਆ ਹੈ,
ਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀਆਂ ਕਈ ਤਰ੍ਹਾਂ ਨੇ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਚੇਤੀ ਜਾਂ ਫਿਰ ਸ਼ੁੱਧ ਗੌੜੀ, ਜਿਹਦੇ ਨਾਲ ਚੇਤੀ ਪੂਰਬੀ ਜਾਂ ਦੀਪਕੀ ਨਹੀਂ ਜੁੜਿਆ ਹੋਇਆ। ਗੌੜੀ ਰਾਗ ਦੇ ਇਤਨੇ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਨੇ ਤੇ ਕਦੀ ਸੰਗੀਤ ਦੇ ਪੱਖ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ੍ਹਿਆ ਜਾਏ, ਸਮਝਿਆ ਜਾਏ, ਤਾਂ ਇਹ ਵੀ ਇੱਕ ਵੱਖ ਗਿਆਨ ਹੈ ਤੇ ਆਪਣੀ ਇੱਕ ਧਾਰਾ ਰੱਖਦੀ ਹੈ। ਅਨੇਕਾਂ ਤਰ੍ਹਾਂ ਦੇ ਰਾਗ ਰਾਗਨੀਆਂ ਦਾ ਬੋਧ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਰਾਹੀਂ ਦਿੰਦੇ ਨੇ ਤੇ ਇੱਕ ਖਾਸ ਗੱਲ ਹੈ ਕਿ ਪਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੋਇਆ ਗੀਤ ਰਾਹੀਂ ਹੋਇਆ ਸੰਗੀਤ ਰਾਹੀਂ ਹੋਇਆ। ਸਵਾਲ ਇਹ ਨਹੀਂ ਸੀ ਕਿ ਉਸ ਮਨੁੱਖ ਕੋਲ ਬੌਧਿਕ ਵਿੱਦਿਆ ਹੈ ਜਾਂ ਨਹੀਂ, ਉਹਨੇ ਆਮ ਜਗਤ ਦਾ ਗਿਆਨ ਹਾਸਲ ਕੀਤਾ ਸੀ ਜਾਂ ਨਹੀਂ, ਲੇਕਿਨ ਜਦ ਉਸਨੇ ਨਾਮ ਜਪਿਆ ਭਜਨ ਕੀਤਾ ਹੈ ਤਾਂ ਪਰਮਾਤਮਾ ਜਦ ਉਸਦੇ ਅੰਦਰੋਂ ਪ੍ਰਗਟ ਹੋਇਆ ਹੈ ਤੇ ਪਰਮਾਤਮਾ ਜਦ ਵੀ ਬੋਲਿਆ ਹੈ ਉਹ ਗੀਤ ਵਿੱਚ ਬੋਲਿਆ ਹੈ, ਸੰਗੀਤ ਵਿੱਚ ਬੋਲਿਆ। ਚੌਕ ਵਿੱਚ ਬੈਠ ਕੇ ਜੁੱਤੀਆਂ ਗੰਢਣ ਵਾਲਾ ਰਵਿਦਾਸ ਰਾਮ ਦੀ ਧੁਨ ਵਿੱਚ ਮਸਤ ਹੋਇਆ ਹੈ, ਰਾਮ ਉਸਦੇ ਅੰਦਰੋਂ ਪ੍ਰਗਟ ਹੋਇਆ ਗੀਤ ਰਾਹੀਂ ਸੰਗੀਤ ਰਾਹੀਂ, ਵਰਨਾ ਇਸ ਜੁੱਤੀਆਂ ਗੰਢਣ ਵਾਲੇ ਨੇ ਨਾ ਕਿਸੇ ਕੋਲ ਸੰਗੀਤ ਸਿੱਖਿਆ ਤੇ ਨਾ ਗੀਤ ਸਿੱਖਿਆ। ਪਰਮਾਤਮਾ ਬੋਲਿਆ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ। ਸਤਨਾਮ ਤੇ ਕੈਸੋ ਦੀ ਧੁਨ ਵਿੱਚ ਮਸਤ ਹੋਏ ਭਗਤ ਕਬੀਰ ਤੇ ਸਾਰੀ ਸਾਰੀ ਰਾਤ ਇਸ ਧੁਨ ਨੂੰ ਅਲਾਪ, ਕੈਸੋ ਕੈਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨਤ ਕੇ ਕੂਕਨੇ ਤਭੈ ਕੇ ਸੁਣੇ ਪੁਕਾਰ। ਤੋ ਕੇਸੋ ਦੀ ਧੁਨ ਅਲਾਪਦਿਆਂ ਅਲਾਪਦਿਆਂ ਕਬੀਰ ਦੇ ਅੰਦਰ ਕੇਸੋ ਪ੍ਰਗਟ ਹੋ ਗਿਆ, ਸਤਨਾਮ ਪ੍ਰਗਟ ਹੋ ਗਿਆ, ਪਰ ਪ੍ਰਗਟ ਹੋਇਆ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ, ਵਰਨਾ ਖੱਡੀ ਤੇ ਬੈਠ ਕੇ ਦਿਨ ਭਰ ਕੱਪੜਾ ਬੁਣਨ ਵਾਲੇ ਨੇ ਕਿਸੇ ਤੋਂ ਗੀਤ ਨਹੀਂ ਸਿੱਖਿਆ, ਕਿਸੇ ਤੋਂ ਸੰਗੀਤ ਨਹੀਂ ਸਿੱਖਿਆ। ਘਰ ਘਰ ਦੇ ਤਰ੍ਹਾਂ ਤਰ੍ਹਾਂ ਦੇ ਨੀਵੇਂ ਕੰਮ ਕਰਨ ਵਾਲੇ ਸੈਣ ਨਾਈ ਨੇ ਕਿਸੇ ਕੋਲ ਗੀਤ ਤੇ ਸੰਗੀਤ ਨਹੀਂ ਸੁਣਿਆ ਤੇ ਨਾ ਸਿੱਖਿਆ, ਪਰ ਜਦ ਪਰਮਾਤਮਾ ਜਦ ਖਤਮ ਉਹਦੇ ਅੰਦਰੋਂ ਪ੍ਰਗਟ ਹੋਇਆ ਤਾਂ ਗੀਤ ਦੇ ਰਾਹੀਂ ਹੋਇਆ, ਸੰਗੀਤ ਦੇ ਰਾਹੀਂ ਹੋਇਆ। ਦੁਨੀਆਂ ਦੇ ਤਮਾਮ ਧਾਰਮਿਕ ਤਕਰੀਬਨ ਕਰੀਬਨ ਗੀਤ ਦੇ ਚ ਨੇ ਜਾਂ ਸੰਗੀਤ ਦੇ ਚ ਨੇ, ਕੋਈ ਸਿਰਫ ਗੀਤ ਦੇ ਚ ਨੇ ਤੇ ਕੁਛ ਗੀਤ ਤੇ ਸੰਗੀਤ ਦੋਹਾਂ ਦੇ ਚ ਮਿਸ਼ਰਤ ਨੇ। ਸਮੁੱਚਾ ਸੂਫੀ ਕਲਾਮ ਗੀਤ ਦੇ ਚ ਹੈ ਤੇ ਸੂਫੀਆਂ ਨੇ ਆਪਣੇ ਤਰਜ਼ ਦੇ ਇੱਕ ਸੰਗੀਤ ਨੂੰ ਜਨਮ ਵੀ ਦਿੱਤਾ ਹੈ ਜਿਹਨੂੰ ਕਵਾਲੀ ਸੰਗੀਤ ਕਹਿੰਦੇ ਨੇ, ਤੇ ਸੂਫੀਆਂ ਦੀ ਦੇਣ ਹੈ। ਹਿੰਦੁਸਤਾਨ ਵਿੱਚ ਜੋ ਸੂਫੀਆਂ ਦਾ ਵਰਗ ਕਾਫੀ ਬਹੁਤ ਵੱਡੀ ਤਾਦਾਦ ਵਿੱਚ ਰਿਹਾ ਹੈ, ਉਹਨਾਂ ਨੇ ਇੱਕ ਤਰ੍ਹਾਂ ਦੇ ਸੰਗੀਤ ਨੂੰ ਜਨਮ ਦਿੱਤਾ ਜਿਹਨੂੰ ਕਵਾਲੀ ਕਹਿੰਦੇ, ਸੂਫੀਆਂ ਦੀ ਦੇਣ ਹੈ। ਇਸਲਾਮ ਵਿੱਚ ਭਾਵੇਂ ਰਾਗ ਦੀ ਬੰਦਿਸ਼, ਸੰਗੀਤ ਦੀ ਬੰਦਿਸ਼,
ਪ੍ਰਤੀਤਾ ਧੀ ਜੈ ਰੱਬ ਪਰਮਾਤਮਾ ਜਦ ਵੀ ਪ੍ਰਗਟ ਹੁੰਦਾ ਹੈ ਉਹ ਸੰਗੀਤ ਰਾਹੀਂ ਹੁੰਦਾ, ਗੀਤ ਰਾਹੀਂ ਹੁੰਦਾ। ਤੋ ਇਸਲਾਮੀ ਸ਼ਰ੍ਹਾ ਨੂੰ ਮੰਨਣ ਵਾਲੇ ਬੰਦੇ ਉੱਠਦੀ ਹੋਈ ਅੰਤਰ ਆਤਮਿਕ ਇਸ ਸੰਗੀਤ ਦੀ ਧੁਨ ਨੂੰ ਰੋਕ ਨਹੀਂ ਸਕੇ। ਤੋ ਸਮੁੱਚੇ ਸੂਫੀ ਫਕੀਰਾਂ ਨੇ ਕਵਾਲੀ ਤਰਸ ਦੇ ਸੰਗੀਤ ਨੂੰ ਜਨਮ ਦਿੱਤਾ। ਕੁਰਾਨ ਦੀਆਂ ਆਇਤਾਂ ਵੀ ਗੀਤ ਦੇ ਵਿੱਚ ਉਤਰੀਆਂ, ਸ਼ਾਇਰੀ ਹੈ, ਬਕਾਇਦਾ ਕਵਿਤਾ ਹੈ। ਦੁਨੀਆ ਭਰ ਦੇ ਸਿਰਮੌਰ ਸਨ ਔਰ ਹਿੰਦੁਸਤਾਨ ਦੇ ਸਾਰੇ ਭਗਤ ਆਲਮ ਤੇ ਅਵਤਾਰੀ ਪੁਰਸ਼ ਜਦ ਵੀ ਉਹਨਾਂ ਨੇ ਕੁਝ ਬ੍ਰਹਮ ਦੇ ਬੋਲ ਬੋਲੇ ਨੇ, ਗੀਤ ਦੇ ਵਿੱਚ ਬੋਲੇ ਨੇ, ਸੰਗੀਤ ਦੇ ਵਿੱਚ ਬੋਲੇ ਨੇ, ਕੁਝ ਗੀਤ ਦੇ ਵਿੱਚ ਬੋਲੇ ਨੇ, ਪਰ ਕੁਝ ਐਸੇ ਨੇ ਗੀਤ ਤੇ ਸੰਗੀਤ ਦੋਹਾਂ ਚ ਬੋਲੇ ਨੇ। ਜੋ ਗੀਤ ਤੇ ਸੰਗੀਤ ਵਿੱਚ ਬੋਲੇ ਨੇ ਉਹਨਾਂ ਵਿੱਚ ਗੁਰੂ ਨਾਨਕ ਦਾ ਨਾਮ ਸਿਰਮੌਰ ਹੈ, ਸਭ ਤੋਂ ਅੱਗੇ ਹੈ। ਕਿਉਂਕਿ ਪਾਤਸ਼ਾਹ ਅਗਲੇ ਨੂੰ ਸਮਝਾਉਂਦੇ ਵੀ ਗੀਤ ਰਾਹੀਂ ਨੇ, ਸੰਗੀਤ ਰਾਹੀਂ ਨੇ। ਕਿਸੇ ਨੂੰ ਕੁਝ ਸਮਝਾਉਣਾ ਵੀ ਹੈ, ਦੱਸਣ ਹੈ ਤਾਂ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਮਰਦਾਨਾ ਸਾਥ ਦਿੰਦਾ, ਰਬਾਬ ਵਜਾਉਂਦਾ, ਗਾਉਂਦੇ ਗੁਰੂ ਨਾਨਕ ਆਪ ਨੇ। ਇਹ ਦੁਨੀਆਂ ਦਾ ਪਹਿਲਾ ਰਹਿਬਰੀ ਪੁਰਸ਼ ਹੈ ਜੋ ਗਾ ਗਾ ਕੇ ਕਰਤੇ ਪੁਰਖ ਨਾਲ ਜੁੜਿਆ ਹੈ, ਤੇ ਜਿਹਦੇ ਅੰਦਰੋਂ ਗਾ ਕੇ ਤੇ ਕਵਿਤਾ ਦੇ ਰਾਹੀਂ ਕਰਤੇ ਪ੍ਰਗਟ ਪੁਰਖ ਨੇ ਆਪਣਾ ਪ੍ਰਗਟਾਵਾ ਕੀਤਾ, ਜਿਸਨੇ ਜਗਤ ਨੂੰ ਸਮਝਾਇਆ ਹੈ ਸੰਗੀਤ ਦੀ ਧੁਨ ਨਾਲ ਤੇ ਗੀਤ ਨਾਲ। ਪਰ ਗੀਤ ਤੇ ਸੰਗੀਤ ਗਹਿਰੇ ਪ੍ਰਾਣਾਂ ਦੀ ਤਲ ਵਿੱਚੋਂ ਨਿਕਲਿਆ ਹੈ। ਇਸ ਤਰ੍ਹਾਂ ਦਾ ਗੀਤ, ਇਸ ਤਰ੍ਹਾਂ ਦਾ ਸੰਗੀਤ ਕਦੀ ਪੁਰਾਣਾ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਪੁਰਾਣਾ ਨਹੀਂ ਤੇ ਪਰਮਾਤਮਾ ਦੇ ਤਲ ਤੋਂ ਨਿਕਲਿਆ ਹੋਇਆ ਗੀਤ ਸੰਗੀਤ ਕਦੀ ਪੁਰਾਣਾ ਨਹੀਂ ਹੁੰਦਾ। ਤੋ ਮੈਂ ਇਸ ਤਰ੍ਹਾਂ ਇੱਕ ਤੇ ਆਮ ਬੋਲਚਾਲ ਦੀ ਭਾਸ਼ਾ ਹੈ, ਇੱਕ ਇਸ਼ਾਰਿਆਂ ਦੀ ਹੈ, ਇੱਕ ਭਾਸ਼ਾ ਹੈ ਗੀਤ ਦੀ, ਸੰਗੀਤ ਦੀ। ਕੁਛ ਤੇ ਐਸੀ ਭਾਸ਼ਾ ਹੈ ਜੋ ਸਿਰਫ ਇਸ਼ਾਰੇ ਹੀ ਨੇ, ਹੱਥਾਂ ਦੇ ਜਾਂ ਸਿਰ ਦੇ ਜਾਂ ਅੱਖ ਨਾਲ ਕੁਝ ਇਸ਼ਾਰੇ ਨੇ, ਪਰ ਇਸ਼ਾਰਿਆਂ ਦੀ ਪਹੁੰਚ ਬਹੁਤ ਲੰਬੀ ਨਹੀਂ ਹੈ। ਥੋੜ੍ਹੀ ਗੱਲਾਂ ਦੇ ਇਸ਼ਾਰੇ ਕੀਤੇ ਜਾ ਸਕਦੇ ਨੇ, ਹਾਂ ਕੀਤੀ ਜਾ ਸਕਦੀ ਹੈ, ਨਾ ਕੀਤੀ ਜਾ ਸਕਦੀ ਹੈ, ਕੁਝ ਹੋਰ ਦਿਸ਼ਾ ਬਾਰੇ ਜਾਂ ਕਿਸੇ ਵਸਤੂ ਬਾਰੇ ਇਸ਼ਾਰਾ ਕੀਤਾ ਜਾ ਸਕਦਾ, ਲੰਬਾ ਚੌੜਾ ਗਿਆਨ ਨਹੀਂ। ਫਿਰ ਕੁਝ ਬੋਲ ਕੇ ਸਮਝਣਾ ਤੇ ਸਮਝਾਉਣਾ, ਤੀਸਰੀ ਭਾਸ਼ਾ ਹੈ ਗੀਤ ਦੀ, ਸੰਗੀਤ ਦੀ। ਇਸ ਭਾਸ਼ਾ ਨੂੰ ਜਨਮ ਦਿੱਤਾ ਹੈ ਸਤਪੁਰਸ਼ਾਂ ਨੇ, ਅਵਤਾਰੀ ਪੁਰਸ਼ਾਂ ਨੇ, ਭਗਤ ਜਨਾਂ ਨੇ। ਤੇ ਗੁਰੂ ਨਾਨਕ ਦੇ ਘਰ ਵਿੱਚ ਗੀਤ ਸੰਗੀਤ ਦਾ ਖਾਸ ਦਰਜਾ, ਖਾਸ ਗੱਲ ਹੈ। ਇੱਥੇ ਤੇ ਕਰਤੇ ਪੁਰਖ ਨਾਲ ਜੁੜਨਾ ਵੀ ਹੈ, ਤੋ ਗਾ ਕੇ ਜੁੜਨਾ, ਗੀਤਾਂ ਰਾਹੀਂ ਜੁੜਨਾ ਹੈ, ਸੰਗੀਤ ਰਾਹੀਂ ਜੁੜਨਾ ਹੈ। ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀ, ਗਾਉਂਦਿਆਂ ਹੀ ਗਾਉਂਦਿਆਂ ਤੂੰ ਭਉ ਜਲ ਤੋਂ ਪਾਰ ਹੋ ਸਕਦਾ। ਤੇ ਸਾਹਿਬ ਕਹਿੰਦੇ ਨੇ ਗੁਰੂ ਘਰ ਦੇ ਉੱਤੇ ਬਸ ਇਹੀ ਜੋਗ ਹੈ, ਇਹੀ ਬੰਦਗੀ ਹੈ, ਜੋਗ ਬਣਿਆ ਤੇਰਾ ਕੀਰਤਨ ਗਾ ਜੀ। ਇਸ ਬਾਣੀ ਦਾ ਨਾਮ ਮੇਰੇ ਪਾਤਸ਼ਾਹ ਨੇ ਰੱਖਿਆ ਹੈ ਸੋਹਿਲਾ। ਸੋਹਿਲੇ ਦਾ ਮਤਲਬ ਖੁਸ਼ੀ ਦੇ ਗੀਤ, ਆਨੰਦ ਦੇ ਗੀਤ। ਤੇ ਹੁਣ ਆਪ ਦੀ ਗਿਆਤ ਵਾਸਤੇ ਅਰਥ ਕਰਾਂ ਮ੍ਰਿਤਕ ਤੇ।
ਮਰੇ ਹੋਏ ਪ੍ਰਾਣੀ ਦੇ ਪਿਤਾ ਤੇ ਦਰ ਦੇਈਏ ਤਾਂ ਅਕਸਰ ਕੀਰਤਨ ਸੋਹਿਲਾ ਬਾਗ ਦੇ ਪੜਦੇ ਨੇ। ਤੇ ਇੱਕ ਖਿਆਲ ਜੰਮ ਗਿਆ, ਬੈਠ ਗਿਆ ਇੱਕ ਜਗਤ ਦੇ ਕਿ ਕੀਰਤਨ ਸੋਹਿਲੇ ਦਾ ਸੰਬੰਧ ਵੀ ਮੌਤ ਨਾਲ ਹੈ, ਮ੍ਰਿਤੂ ਨਾਲ ਹੈ। ਲੇਕਿਨ ਮੈਂ ਅਰਜ਼ ਕਰਾਂ, ਸੋਹਿਲੇ ਦੇ ਅਖਰੀ ਅਰਥ ਨੇ ਖੁਸ਼ੀ ਦੇ ਗੀਤ, ਮੰਗਲ ਦੇ ਗੀਤ, ਪਰ ਇਹਨੂੰ ਮੌਤ ਨਾਲ ਕਿਉਂ ਜੋੜਿਆ ਗਿਆ? ਕੋਈ ਮਰ ਜਾਏ, ਕਿਸੇ ਨੂੰ ਚਿਤਾ ਤੇ ਰੱਖੀਏ ਤੇ ਫਿਰ ਕੀਰਤਨ ਸੋਹਿਲਾ ਪੜਿਆ ਜਾਂਦਾ। ਕਿਸੇ ਪ੍ਰਾਣੀ ਦਾ ਚਲਾਣਾ ਤੇ ਮ੍ਰਿਤਕ ਭੋਗ ਦੇ ਉੱਤੇ ਕੀਰਤਨ ਸੋਹਿਲਾ ਪੜਿਆ ਜਾਂਦਾ। ਦਰਅਸਲ ਇਸ ਤਰ੍ਹਾਂ ਦੀ ਬਾਣੀ ਦਾ ਨਾਂ ਸੋਹਿਲਾ, ਆਓ ਖੁਸ਼ੀ ਦੇ ਗੀਤ। ਜ਼ਿੰਦਗੀ ਉਦੋਂ ਹੀ ਸਫਲ ਸਮਝਣੀ ਚਾਹੀਦੀ ਹੈ ਜਿਸ ਦਿਨ ਮੌਤ ਖੁਸ਼ੀ ਬਣੀ ਹੈ। ਅਗਰ ਮੌਤ ਰੋਣਾ ਹੈ, ਮੌਤ ਭੈ ਹੈ, ਮੌਤ ਚਿੰਤਾ ਹੈ, ਮੌਤ ਬੋਝ ਹੈ, ਮੌਤ ਨੂੰ ਭੁਲਾਇਆ ਜਾ ਰਿਹਾ ਹੈ, ਜ਼ਿੰਦਗੀ ਵਿਅਰਥ ਹੈ। ਜ਼ਿੰਦਗੀ ਖਾਸ ਨਹੀਂ ਇਸ ਮਨੁੱਖ ਦੀ, ਜੀਵਨ ਅਕਾਰਤ ਜਾ ਰਿਹਾ, ਜੀਵਨ ਵਿਅਰਥ ਜਾ ਰਿਹਾ। ਜ਼ਿੰਦਗੀ ਉਸੇ ਹੀ ਮਨੁੱਖ ਦੀ ਸਫਲ ਮੰਨੀ ਜਾਂਦੀ ਹੈ ਜਿਸ ਦਿਨ ਮੌਤ ਸੋਹਿਲਾ ਬਣ ਜਾਏ, ਮੌਤ ਖੁਸ਼ੀ ਬਣ ਜਾਏ, ਮੌਤ ਆਨੰਦ ਬਣ ਜਾਏ। ਤੇ ਮੌਤ ਆਨੰਦ ਕਿਸ ਦੀ ਬਣਦੀ ਹੈ? ਮੈਂ ਥੋੜ੍ਹੀ ਜਿਹੀ ਭੂਮਿਕਾ ਹੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਕਿਉਂਕਿ ਸ਼ਬਦ ਦੇ ਕਰੀਬਨ ਕਰੀਬਨ ਮੌਤ ਦਾ ਵੀ ਜ਼ਿਕਰ ਹੈ। ਔਰ ਇਸ ਵਾਸਤੇ ਇਸ ਬਾਣੀ ਨੂੰ ਮ੍ਰਿਤਕ ਪ੍ਰਾਣੀ ਦੇ ਸੰਬੰਧ ਵਿੱਚ ਪੜ੍ਹਦੇ ਹੋ ਤੇ ਹਿੰਦੁਸਤਾਨ ਵਿੱਚ ਤੇ ਕਿਸੇ ਨੂੰ ਖਤਮ ਕਰਨਾ ਹੋਵੇ ਤੇ ਆਮ ਬੰਦੇ ਕੁਛ ਇਸ ਢੰਗ ਨਾਲ ਵੀ ਕਹਿੰਦੇ ਨੇ ਵੀ ਇਸਦਾ ਤੇ ਕੀਰਤਨ ਸੋਹਿਲਾ ਪੜ੍ਹਨਾ, ਭਾਵੇਂ ਉਸਨੂੰ ਖਤਮ ਕਰਨਾ। ਇੰਝ ਵੀ ਲੋਕਾਂ ਨੇ ਗੱਲ ਬਣਾ ਲਈ, ਧਾਰਨਾ ਬਣ ਗਈ ਹੈ ਕਿ ਕੀਰਤਨ ਸੋਹਿਲਾ ਮੌਤ ਦੀ ਬਾਣੀ, ਮ੍ਰਿਤੂ ਦੀ ਬਾਣੀ ਹੈ ਔਰ ਮ੍ਰਿਤਕ ਤੇ ਪੜ੍ਹੀ ਜਾਂਦੀ ਹੈ। ਲੇਕਿਨ ਸੋਹਿਲਾ ਸ਼ਬਦ ਬੜਾ ਕੀਮਤੀ ਹੈ, ਖੁਸ਼ੀ ਸੋਹਿਲਾ, ਖੁਸ਼ੀ ਆਨੰਦ, ਮੰਗਲ ਗੀਤ, ਖੁਸ਼ੀ ਦੇ ਗੀਤ। ਤੇ ਦਰਅਸਲ ਜੀਵਨ ਉਸ ਦਿਨ ਹੀ ਸਫਲ ਸਮਝਣਾ ਚਾਹੀਦਾ ਹੈ ਜਿਸ ਦਿਨ ਮੌਤ ਖੁਸ਼ੀ ਬਣ ਗਈ ਹੈ। ਜਿਸ ਮਰਣੇ ਤੇ ਜਗ ਡਰੇ ਮੇਰੇ ਮਨ ਆਨੰਦ, ਜਿਸ ਦਿਨ ਮੌਤ ਆਨੰਦ ਬਣ ਜਾਏ, ਜਿਸ ਦਿਨ ਮੌਤ ਸੋਹਿਲਾ ਬਣ ਜਾਏ, ਜਿਸ ਦਿਨ ਮੌਤ ਖੁਸ਼ੀ ਬਣ ਜਾਏ, ਤਾਂ ਸਮਝ ਲੈਣਾ ਜ਼ਿੰਦਗੀ ਸਫਲ ਹੋ ਗਈ, ਕਿਉਂਕਿ ਜ਼ਿੰਦਗੀ ਤੋਂ ਕੋਈ ਉੱਚੀ ਜ਼ਿੰਦਗੀ ਮਿਲ ਗਈ ਹੈ, ਇਸ ਜੀਵਨ ਤੋਂ ਕੋਈ ਹੋਰ ਉੱਚਾ ਪਰਮ ਜੀਵਨ ਮਿਲ ਗਿਆ। ਮੌਤ ਦੁੱਖ ਹੈ, ਮੌਤ ਭੁਲਾਈ ਜਾ ਰਹੀ ਹੈ, ਮੌਤ ਗਮ ਹੈ, ਮੌਤ ਬੋਝ ਹੈ, ਮੌਤ ਸੋਗ ਹੈ, ਤਾਂ ਸਮਝ ਲਓ ਜ਼ਿੰਦਗੀ ਵੀ ਸੋਗ ਹੈ ਤੇ ਜ਼ਿੰਦਗੀ ਵੀ ਬੋਝ ਹੈ, ਤੇ ਜੀਵਨ ਵੀ ਕੁਛ ਨਹੀਂ। ਸਤਿਗੁਰੂ ਦੇਵ ਜੀ ਮਹਾਰਾਜ ਇਸ ਬਾਣੀ ਦੇ ਰਾਹੀਂ ਇਹੀ ਕੁਛ ਸਮਝਾ ਰਹੇ ਨੇ ਤੇ ਮਨੁੱਖ ਦੇ ਜ਼ਿਹਨ ਦੇ ਉੱਤੇ ਅਕਸਰ ਜੋ ਬੋਝ ਹੈ ਉਹ ਮੌਤ ਦਾ ਹੀ ਹੈ। ਇਹ ਗੱਲ ਵੱਖਰੀ ਹੈ ਕਿ ਮੌਤ ਕਈ ਤਰ੍ਹਾਂ ਦੀ ਮੰਨੀ ਗਈ ਹੈ, ਸਰੀਰਕ ਮੌਤ, ਮਾਨਸਿਕ ਮੌਤ, ਰੂਹਾਨੀ ਮੌਤ, ਸਮਾਜਿਕ ਮੌਤ, ਆਰਥਿਕ ਮੌਤ, ਰਾਜਨੀਤਿਕ ਮੌਤ। ਸ਼ਾਸਤਰਕਾਰਾਂ ਨੇ ਮੌਤ ਕਈ ਪੱਖ ਦੀ ਮੰਨੀ ਹੈ।
ਸਮਾਜਿਕ ਮੌਤ, ਘਰ ਵਿੱਚ ਕੋਈ ਕਲੰਕ ਲੱਗ ਗਿਆ, ਕੋਈ ਘਟਨਾ ਇਸ ਢੰਗ ਦੀ ਘਟ ਗਈ ਹੈ। ਲੋਕੀ ਕਹਿੰਦੇ ਨੇ ਇਸ ਬੰਦੇ ਦੀ ਸਮਾਜਿਕ ਤੌਰ ਤੇ ਮੌਤ ਹੋ ਗਈ, ਸਮਾਜ ਵਿੱਚ ਇਸ ਨੂੰ ਰੁਤਬਾ ਨਹੀਂ ਮਿਲਣ ਲੱਗਾ, ਇਹ ਰਹਿ ਗਿਆ ਬਰਾਦਰੀ ਦੇ ਸਮਾਜ, ਇਹ ਖਤਮ ਹੋ ਗਿਆ। ਜਿਸ ਤਰ੍ਹਾਂ ਮੁਰਦਾ ਨਹੀਂ ਉੱਠਦਾ, ਹੁਣ ਇਹ ਲੱਖ ਵੀ ਕੋਸ਼ਿਸ਼ ਕਰੇ ਸਮਾਜ ਵਿੱਚ ਥਾਂ ਨਹੀਂ ਮਿਲਣੀ, ਬਰਾਦਰੀ ਵਿੱਚ ਸਨਮਾਨ ਨਹੀਂ ਪਾ ਸਕੇਗਾ। ਰਾਜਨੀਤਿਕ ਮੌਤ, ਅਸੀਂ ਦੁਨੀਆਂ ਦੇ ਹੀ ਅਨੇਕਾਂ ਇੱਕ ਢੰਗ ਦੇ ਰਾਜਨੀਤਿਕ ਲੀਡਰ ਵੇਖ ਸਕਦੇ ਹਾਂ ਜਿਨ੍ਹਾਂ ਦੀ ਸਿਆਸੀ ਦੁਨੀਆਂ ਵਿੱਚ ਬਿਲਕੁਲ ਮੌਤ ਹੋ ਗਈ, ਮੌਜੂਦ ਨੇ, ਲੇਕਿਨ ਕਿਸੇ ਵਕਤ ਇਹਨਾਂ ਦਾ ਨਾਮ ਦਾ ਨਗਾਰਾ ਵੱਜਦਾ ਸੀ, ਇਹਨਾਂ ਦੇ ਨਾਮ ਦੀ ਬੋਲਬਾਲਾ ਸੀ ਤੇ ਕੋਈ ਰਾਜਨੀਤਿਕ ਸੰਮੇਲਨ ਇਹਨਾਂ ਦੀ ਹੋਂਦ ਤੋਂ ਬਿਨਾਂ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ। ਤੇ ਅੱਜ ਕਿਸੇ ਰਾਜਨੀਤਿਕ ਸੰਮੇਲਨ ਵਿੱਚ ਉਹਨਾਂ ਦਾ ਨਾਮ, ਕੋਈ ਜ਼ਿਕਰ ਨਹੀਂ, ਕੋਈ ਗੱਲ ਨਹੀਂ। ਇਸ ਤਰ੍ਹਾਂ ਦੇ ਬੰਦੇ ਮੌਜੂਦ ਨੇ ਤੇ ਜਿਨ੍ਹਾਂ ਨੂੰ ਵੇਖ ਕੇ ਸਿਆਣੇ ਕਹਿੰਦੇ ਨੇ ਰਾਜਨੀਤਿਕ ਤੌਰ ਤੇ ਮੌਤ ਹੋ ਗਈ, ਖਤਮ ਹੋ ਗਈ। ਇਹ ਹੁਣ ਲੱਖ ਵੀ ਪਾਪੜ ਵੇਲਣ, ਰਾਜਨੀਤਿਕ ਦੁਨੀਆਂ ਵਿੱਚ ਆਪਣਾ ਥਾਂ ਨਹੀਂ ਪ੍ਰਾਪਤ ਕਰ ਸਕਦੇ। ਇਸ ਤਰ੍ਹਾਂ ਦੇ ਪੁਰਸ਼ ਹਿੰਦੁਸਤਾਨ ਵਿੱਚ ਅਨੇਕਾਂ ਹੀ ਨੇ ਜਿਨ੍ਹਾਂ ਦਾ ਕਿਸੇ ਵਕਤ ਰਾਜਨੀਤਿਕ ਦੁਨੀਆਂ ਦੇ ਬੜਾ ਬੋਲਬਾਲਾ ਸੀ, ਤੇ ਹਰ ਮੁਲਕ ਵਿੱਚ ਇਸ ਤਰ੍ਹਾਂ ਦੇ ਪੁਰਸ਼ ਆਉਂਦੇ ਨੇ ਤੇ ਹਰ ਮੁਲਕ ਵਿੱਚ ਅਨੇਕਾਂ ਪੁਰਸ਼ਾਂ ਦੀ ਰਾਜਨੀਤਿਕ ਪੱਧਰ ਤੇ ਮੌਤ ਹੋ ਜਾਂਦੀ। ਸਰੀਰਕ ਮੌਤ, ਚੱਲਦੇ ਸਵਾਸ ਰੁਕ ਗਏ ਨੇ, ਮੌਤ ਆਉਂਦੇ ਹੋਏ ਖੁਰਨੇ ਰੁਕ ਗਏ ਨੇ, ਆਉਂਦੀਆਂ ਹੋਈਆਂ ਵਿਚਾਰਾਂ ਰੁਕ ਗਈਆਂ ਨੇ। ਮਾਨਸਿਕ ਮੌਤ ਜਿਹਨੂੰ ਅਸੀਂ ਪਾਗਲ ਕਹਿ ਦਿੰਦੇ ਹਾਂ, ਦਿਮਾਗੀ ਮੌਤ, ਉਹ ਇੱਕ ਖੁਰਨੇ ਤੇ ਹੀ ਰੁਕ ਗਿਆ। ਪਾਗਲ ਇੱਕ ਗੱਲ ਦੇ ਉੱਤੇ ਹੀ ਰੁਕ ਗਿਆ, ਉਹਦੇ ਅੰਦਰ ਵਿਚਾਰਾਂ ਦਾ ਤਾਂਤਾ ਨਹੀਂ ਚੱਲਦਾ, ਉਹਦੇ ਅੰਦਰ ਵਿਚਾਰ ਆਉਂਦੇ ਜਾਂਦੇ ਨਹੀਂ ਨੇ, ਇੱਕ ਵਿਚਾਰ ਤੇ ਹੀ ਰੁਕ ਗਿਆ, ਉਹਦਾ ਦਿਮਾਗ ਇੱਕੋ ਹੀ ਥਾਂ ਤੇ ਰੁਕ ਗਿਆ। ਜੈਸੇ ਸਵਾਸ ਰੁਕ ਗਏ ਤੇ ਬੰਦਾ ਖਤਮ, ਵਿਚਾਰ ਰੁਕ ਗਏ ਤੇ ਦਿਮਾਗ ਖਤਮ, ਮਨ ਖਤਮ, ਇਹਨੂੰ ਮਾਨਸਿਕ ਮੌਤ ਕਹਿੰਦੇ। ਪਾਗਲ ਤਨ ਕਰਕੇ ਜ਼ਿੰਦਾ ਹੈ, ਮਨ ਕਰਕੇ ਮਰਿਆ ਹੋਇਆ। ਪਾਗਲ ਸਰੀਰ ਕਰਕੇ ਜ਼ਿੰਦਾ ਹੈ, ਦਿਮਾਗੀ ਤਲ ਤੇ ਮੁਰਦਾ, ਖਤਮ ਹੈ। ਫਿਰ ਇੱਕ ਰੂਹਾਨੀ ਮੌਤ ਮੰਨਦੇ ਨੇ ਕਿ ਯਾਦ ਬਣੀ ਰਹੇ, ਚਿੰਤਨ ਚੱਲਦਾ ਰਹੇ, ਰਸਨਾ ਉਸਦਾ ਜਪ ਕਰਦੀ ਰਹੇ, ਜ਼ਿੰਦਗੀ ਹੈ। ਤੇ ਨਾ ਉਸਦਾ ਚਿੰਤਨ ਚੱਲੇ ਤੇ ਮੌਤ ਹੈ, ਜਿਸ ਨੂੰ ਸਤਿਗੁਰੂ ਕਹਿੰਦੇ ਨੇ ਆਖਾਂ ਜੀਵਾਂ ਬਿਸਰੇ, ਮਰ ਜਾਓ। ਮਰਣੰ ਬਿਸਰਣੰ ਗੋਬਿੰਦੇ, ਜੀਵਣੰ ਹਰ ਨਾਮ ਦੇ ਆਮਣੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਮੌਤ ਹੈ ਇਹ, ਮਰ ਜਾਣਾ ਹੈ ਇਹ, ਕੀ ਮਰਣੰ ਬਿਸਰਣੰ ਗੋਬਿੰਦੇ, ਗੋਬਿੰਦ ਨੂੰ ਭੁੱਲ ਜਾਈਏ, ਇਹ ਮੌਤ ਹੈ, ਰੂਹਾਨੀ ਮੌਤ ਹੈ। ਸੰਬੰਧ ਟੁੱਟ ਜਾਂਦਾ ਹੈ ਮੌਤ ਦੇ, ਜਿਹਨੂੰ ਭੁੱਲ ਜਾਈਏ ਤਾਂ ਵੀ ਸੰਬੰਧ ਟੁੱਟ ਗਿਆ। ਤੁਹਾਡਾ ਕਿਸ ਕਿਸ ਨਾਲ ਸੰਬੰਧ ਜੁੜਿਆ ਹੋਇਆ ਹੈ? ਜਿਹਦੀ ਯਾਦ ਹੈ, ਜੋ ਭੁੱਲ ਗਿਆ, ਉਹਦਾ ਕੋਈ ਸੰਬੰਧ ਨਹੀਂ, ਉਹਦਾ ਕੋਈ ਰਿਸ਼ਤਾ ਨਹੀਂ। ਪਿਓ ਪੁੱਤਰ ਨੂੰ ਅਗਰ ਭੁੱਲ ਗਿਆ, ਸੰਬੰਧ ਟੁੱਟ ਗਿਆ। ਪੁੱਤਰ ਪਿਓ ਨੂੰ ਅਗਰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ, ਗੱਲ ਖਤਮ। ਭਰਾ ਭਰਾ ਨੂੰ ਭੁੱਲ ਗਿਆ, ਸੰਬੰਧ ਟੁੱਟ ਗਿਆ, ਰਿਸ਼ਤਾ ਟੁੱਟ ਗਿਆ।
ਪਤੀ ਪਤਨੀ ਨੂੰ ਭੁੱਲ ਗਿਆ ਹੈ ਜਾਂ ਪਤਨੀ ਪਤੀ ਨੂੰ ਭੁੱਲ ਗਈ ਹੈ, ਰਿਸ਼ਤਾ ਟੁੱਟ ਗਿਆ। ਰਿਸ਼ਤੇ ਯਾਦ ਦੇ ਹੁੰਦੇ ਨੇ, ਸੰਬੰਧ ਯਾਦ ਦੇ ਹੁੰਦੇ ਨੇ। ਜਿਹਨੂੰ ਭੁੱਲ ਜਾਈਏ ਸੰਬੰਧ ਟੁੱਟ ਗਿਆ, ਕਿਸੇ ਵਸਤੂ ਨੂੰ ਭੁੱਲ ਜਾਈਏ ਸੰਬੰਧ ਟੁੱਟ ਗਿਆ, ਕਿਸੇ ਵਿਅਕਤੀ ਨੂੰ ਭੁੱਲ ਜਾਈਏ ਸੰਬੰਧ ਟੁੱਟ ਗਿਆ। ਤੇ ਜੇ ਪਰਮਾਤਮਾ ਨੂੰ ਭੁੱਲ ਜਾਈਏ ਤੇ ਸੰਬੰਧ ਟੁੱਟ ਗਿਆ, ਗੁਰੂ ਨੂੰ ਭੁੱਲ ਜਾਈਏ ਸੰਬੰਧ ਟੁੱਟ ਗਿਆ। ਇਸ ਵਾਸਤੇ ਧਰਮ ਦੀ ਜਿਹੜੀ ਗਹਿਰੀ ਸਾਧਨਾ ਹੈ ਉਹ ਤੇ ਯਾਦ ਤੇ ਕਰੀਏ, ਯਾਦ ਕਰੋ। ਸਿਮਰਨ ਦੇ ਅਖਰੀ ਅਰਥ ਨੇ ਯਾਦ, ਵੀ ਯਾਦ ਕਰੋ। ਪਰ ਕਹਿੰਦੇ ਨੇ ਮਨ ਜਿਸ ਨੂੰ ਪਕੜੇ ਨਾ ਤੇ ਮਨ ਜਿਸ ਨੂੰ ਆਪਣਾ ਨਾ ਸਮਝੇ ਤੇ ਮਨ ਜਿਸ ਨੂੰ ਨੇੜੇ ਨਾ ਮੰਨੇ, ਉਹਨੂੰ ਯਾਦ ਕਰਨਾ ਬਹੁਤ ਔਖਾ, ਬਹੁਤ ਔਖਾ, ਬਾਰ ਬਾਰ ਭੁੱਲੇਗਾ। ਤੇ ਜਿਹਨੂੰ ਮਨ ਮੰਨ ਲਵੇ, ਜਿਹਨੂੰ ਮਨ ਪਕੜ ਲਵੇ, ਜਿਸ ਨੂੰ ਮਨ ਨੇੜੇ ਸਮਝੇ, ਉਹ ਐਸਾ ਮਨ ਵਿੱਚ ਵਸਦਾ ਹੈ ਉਹਨੂੰ ਭੁਲਾਉਣਾ ਬੜਾ ਔਖਾ ਹੋ ਜਾਂਦਾ। ਕੁਛ ਗੱਲਾਂ ਐਸੀਆਂ ਗਹਿਰੇ ਅੰਦਰ ਵਸ ਜਾਂਦੀਆਂ ਨੇ, ਭੁਲਾਉਣੀਆਂ ਬੜੀਆਂ ਔਖੀਆਂ ਨੇ, ਤੇ ਕੁਛ ਗੱਲਾਂ ਇਤਨੀਆਂ ਉੱਪਰ ਉੱਪਰ ਰਹਿੰਦੀਆਂ ਨੇ ਉਹਨਾਂ ਨੂੰ ਯਾਦ ਕਰਨਾ ਬੜਾ ਔਖਾ। ਬਹੁਤ ਜ਼ੋਰ ਦੇਈਏ ਤਾਂ ਵੀ ਭੁੱਲ ਜਾਂਦੇ। ਮੈਂ ਅਰਜ਼ ਕਰਾਂ, ਸੰਸਾਰ ਨੂੰ ਭੁਲਾਉਣਾ ਬੜਾ ਔਖਾ ਹੈ, ਨਿਰੰਕਾਰ ਨੂੰ ਯਾਦ ਕਰਨਾ ਬੜਾ ਔਖਾ ਹੈ। ਸੰਸਾਰ ਗਹਿਰੇ ਤਲ ਦੇ ਨਹੀਂ ਭੁੱਲਦਾ, ਨਿਰੰਕਾਰ ਉੱਪਰ ਉੱਪਰ ਹੈ, ਮਨੁੱਖ ਦੇ ਗਹਿਰੇ ਤਲ ਵਿੱਚ ਨਹੀਂ। ਨਿੱਕੀ ਦੀਆਂ ਗੱਲ ਦੇ ਨਾਲ ਵੀ ਭੁੱਲ ਜਾਂਦਾ, ਰੋਜ਼ ਭੁੱਲ ਜਾਂਦਾ, ਬਾਰ ਬਾਰ ਭੁੱਲਦਾ। ਇਸ ਵਾਸਤੇ ਸਿਮਰਨ ਦੀ ਜਿਹੜੀ ਸਾਧਨਾ ਹੈ, ਯਾਦ ਕਰਨ ਦੀ ਜਿਹੜੀ ਸਾਧਨਾ ਹੈ, ਤੇ ਮਨ ਦੇ ਆਸਰੇ ਤੇ ਖੜੀ ਹੈ, ਉਹਨੂੰ ਯਾਦ ਕਰਨਾ। ਜਿਹਨੂੰ ਯਾਦ ਕਰੀਏ ਸੰਬੰਧ ਜੁੜਦਾ, ਜਿਹਨੂੰ ਭੁੱਲ ਜਾਈਏ ਸੰਬੰਧ ਟੁੱਟ ਜਾਂਦਾ। ਰਿਸ਼ਤੇ ਹੋਣ ਦੇ ਨਹੀਂ ਆਉਂਦੇ, ਰਿਸ਼ਤੇ ਯਾਦ ਦੇ ਹੁੰਦੇ ਨੇ। ਇਹ ਗੱਲ ਵੱਖਰੀ ਹੈ ਕਿ ਰਾਜਨੀਤਿਕ ਦੁਨੀਆਂ ਦੇ, ਸਮਾਜਿਕ ਦੁਨੀਆਂ ਦੇ, ਬਾਹਰ ਦੀ ਦੁਨੀਆਂ ਵਿੱਚ ਜੋ ਰਿਸ਼ਤੇ ਮੰਨੇ ਜਾਂਦੇ ਨੇ ਉਹ ਖੂਨ ਦੇ ਰਿਸ਼ਤੇ ਮੰਨੇ ਜਾਂਦੇ ਨੇ। ਧਾਰਮਿਕ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਗਈ। ਰਿਸ਼ਤਾ ਯਾਦ ਦਾ, ਰਿਸ਼ਤਾ ਸਿਮਰਨ ਦਾ। ਅਗਰ ਕਹਿ ਦੇਈਏ ਖੂਨ ਦਾ ਹੀ ਰਿਸ਼ਤਾ ਸਭ ਤੋਂ ਵੱਡਾ ਹੁੰਦਾ, ਤਾਂ ਸਿਮਰਨ ਕਰਨੀ ਫਿਰ ਗੁਰੂ ਦਾ ਰਿਸ਼ਤਾ ਵੀ ਨਾ ਹੋਇਆ। ਗੁਰੂ ਨਾਲ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ, ਗੁਰੂ ਨਾਨਕ ਨਾਲ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਡਾ ਕੀ ਖੂਨ ਦਾ ਰਿਸ਼ਤਾ, ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡਾ ਕੀ ਖੂਨ ਦਾ ਰਿਸ਼ਤਾ ਹੋ ਸਕਦਾ। ਤੇ ਜੇ ਕਹਿ ਦੇਈਏ ਸਭ ਤੋਂ ਵੱਡਾ ਖੂਨ ਦਾ ਹੀ ਰਿਸ਼ਤਾ ਹੁੰਦਾ, ਤਾਂ ਫਿਰ ਗੁਰੂ ਦਾ ਰਿਸ਼ਤਾ, ਪਰਮਾਤਮਾ ਦਾ ਰਿਸ਼ਤਾ ਕਿਤੇ ਫਿਰ ਕੁਛ ਵੀ ਨਹੀਂ ਹੈ, ਕਿਉਂਕਿ ਸਾਡਾ ਖੂਨੀ ਰਿਸ਼ਤਾ ਨਹੀਂ ਹੈ, ਤੇ ਖੂਨ ਦਾ ਸੰਬੰਧ ਨਹੀਂ ਹੈ। ਤੇ ਖੂਨ ਦਾ ਸੰਬੰਧ ਕੋਈ ਵੱਡਾ ਸੰਬੰਧ ਨਹੀਂ ਆਉਂਦਾ, ਇੰਨੀ ਮਿਹਨਤ ਕਰ। ਖੂਨ ਖੂਨ ਦਾ ਵੈਰੀ ਵੀ ਹੋ ਜਾਂਦਾ, ਪਿਓ ਪੁੱਤਰ ਦਾ ਵੈਰੀ ਹੋ ਜਾਂਦਾ, ਪੁੱਤਰ ਪਿਓ ਦਾ ਵੈਰੀ ਹੋ ਜਾਂਦਾ, ਭਰਾ ਭਰਾ ਦਾ ਵੈਰੀ ਹੋ ਜਾਂਦਾ। ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖੋ, ਔਰੰਗਜ਼ੇਬ ਨੇ ਪਿਓ ਨੂੰ ਕੈਦ ਕੀਤਾ ਹੈ, ਭਰਾਵਾਂ ਨੂੰ ਕਤਲ ਕਰ ਦਿੱਤਾ, ਔਰ ਬਾਅਦ ਵਿੱਚ ਜਦ ਉਸਨੇ ਦੇਖਿਆ ਕਿ ਮੇਰਾ ਪੁੱਤਰ ਜੋ ਹੈ ਬਗਾਵਤ ਕਰਨ ਲੱਗਿਆ, ਤਾਂ ਉਸਨੇ ਪੁੱਤਰ ਨੂੰ ਵੀ ਕਰ ਦਿੱਤਾ ਸੀ ਬਹਾਦਰ ਸਾਹਿਬ, ਪਿਓ ਨੂੰ ਕੈਦ ਕੀਤਾ, ਪੁੱਤਰ ਨੂੰ ਵੀ ਕੈਦ ਕੀਤਾ, ਭਰਾ ਮਾਰ ਦਿੱਤੇ। ਖੂਨ ਦਾ ਰਿਸ਼ਤਾ ਪਿਓ ਨਾਲ ਵੀ ਹੈ, ਖੂਨ ਦਾ ਰਿਸ਼ਤਾ ਭਰਾਵਾਂ ਨਾਲ ਵੀ ਹੈ, ਖੂਨ ਦਾ ਰਿਸ਼ਤਾ ਪੁੱਤਰਾਂ ਨਾਲ ਵੀ ਹੈ, ਪਰ ਰਿਸ਼ਤਾ ਕਿਵੇਂ ਨਹੀਂ ਰੱਖਦਾ, ਕੁਛ ਵੀ ਨਹੀਂ। ਇੱਕ ਨੂੰ ਜੇਲ੍ਹ ਵਿੱਚ ਪਾਇਆ, ਇੱਕ ਨੂੰ ਕਤਲ ਕਰ ਦਿੱਤਾ ਹੈ, ਤੇ ਫਿਰ ਜਿਸ ਨੂੰ ਲਫ਼ਤੇ ਜਿਗਰ ਕਹਿੰਦੇ ਨੇ ਪੁੱਤਰ, ਉਹਨੂੰ ਵੀ ਜੇਲ੍ਹ ਵਿੱਚ ਪਾ ਦਿੱਤਾ।
ਖੂਨ ਦਾ ਰਿਸ਼ਤਾ ਕੋਈ ਮਹਾਨ ਨਹੀਂ ਆਉਂਦਾ, ਬਾਬੇ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਦਾ ਖੂਨ ਦਾ ਰਿਸ਼ਤਾ। ਦੋ ਭਰਾ ਨੇ, ਗੁਰੂ ਅਰਜਨ ਦੇਵ ਜੀ ਛੋਟੇ ਨੇ, ਬਾਬਾ ਪ੍ਰਿਥੀ ਚੰਦ ਜੀ ਵੱਡੇ ਨੇ, ਤੇ ਜੇ ਖੂਨ ਦੇ ਰਿਸ਼ਤੇ ਨੂੰ ਮਹਾਨ ਮੰਨ ਲਈਏ ਤੇ ਬਹੁਤ ਵੱਡਾ ਰਿਸ਼ਤਾ ਹੈ। ਪਰ ਬਾਬਾ ਪ੍ਰਿਥੀ ਚੰਦ ਆਖਰੀ ਦਮ ਤੱਕ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਕਰਦਾ ਰਿਹਾ, ਜਹਾਂਗੀਰ ਦੇ ਕੰਨ ਭਰਦਾ ਰਿਹਾ, ਤੁਲੀ ਖਾਂ ਨੂੰ ਉਹ ਚੜਾ ਕੇ ਲਿਆਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਉੱਤੇ ਪੂਰਨ ਤੌਰ ਤੇ ਹਮਲਾ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਝਗੜਦਾ ਰਿਹਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਵੀ, ਆਪਣੇ ਪਿਤਾ ਨਾਲ ਵੀ। ਸਤਿਗੁਰੂ ਉਸਦਾ ਜ਼ਿਕਰ ਵੀ ਕਰਦੇ ਨੇ, ਗੁਰੂ ਰਾਮਦਾਸ ਜੀ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗੜਤ ਪਾਪ। ਵੀ ਇੱਥੇ ਪਾਪ ਕਰਦਾ, ਪਿਓ ਨਾਲ ਝਗੜਦਾ, ਮਾਂ ਨਾਲ ਝਗੜਦਾ, ਸਾਰਾ ਦਿਨ ਝਗੜਾ ਪਾਉਂਦਾ, ਇੱਥੇ ਪਾਪ ਹੈ। ਸਿਰਫ ਇਤਨਾ ਹੀ ਨਹੀਂ ਕਿ ਮਾਤਾ ਪਿਤਾ ਨਾਲ ਝਗੜਦਾ ਸੀ, ਬਾਅਦ ਵਿੱਚ ਭਰਾ ਨਾਲ ਝਗੜਦਾ ਰਿਹਾ ਗੁਰੂ ਅਰਜਨ ਦੇਵ ਜੀ, ਰੱਜ ਕੇ ਝਗੜਦਾ ਰਿਹਾ। ਤੁਲੀ ਖਾਂ ਨੂੰ ਚੜਾ ਕੇ ਲਿਆਇਆ, ਬਹੁਤ ਲੰਬਾ ਚੌੜਾ ਲਾਓ ਲਸ਼ਕਰ ਵੀ, ਰਿਸ਼ਤਾ ਤੇ ਖੂਨ ਦਾ ਹੈ, ਕੋਈ ਸੰਬੰਧ ਨਹੀਂ। ਖੂਨ ਦਾ ਰਿਸ਼ਤਾ ਕੋਈ ਮਹਾਨ ਨਹੀਂ ਹੈ। ਮੇਰੇ ਪੰਤੇ ਸੁਣਨ ਵਿੱਚ ਐਸਾ ਵੀ ਆਇਆ ਕਿ ਵਿਗਿਆਨਿਕ ਲੋਕਾਂ ਨੇ ਨਕਲੀ ਖੂਨ ਵੀ ਬਣਾ ਦਿੱਤਾ ਔਰ ਅਸਲੀ ਖੂਨ ਦੀ ਤਰ੍ਹਾਂ ਕੰਮ ਕਰ। ਖੂਨ ਕਈਆਂ ਦਾ ਮੇਲ ਖਾ ਜਾਂਦਾ ਹੈ, ਹੋਸਪਿਟਲ ਵਿੱਚ ਬੋਤਲਾਂ ਭਰੀਆਂ ਪਈਆਂ ਨੇ ਤੇ ਕਈਆਂ ਦਾ ਖੂਨ ਮੇਲ ਖਾ ਜਾਂਦਾ, ਚੜਾ ਦਿੰਦੇ ਨੇ। ਖੂਨ ਦਾ ਰਿਸ਼ਤਾ ਕੋਈ ਵੱਡਾ ਰਿਸ਼ਤਾ ਨਹੀਂ, ਇਹ ਪ੍ਰਾਕਿਰਤਿਕ ਰਿਸ਼ਤਾ ਹੈ, ਪਦਾਰਥ ਦਾ ਰਿਸ਼ਤਾ, ਕੋਈ ਵੱਡਾ ਰਿਸ਼ਤਾ ਨਹੀਂ। ਰਿਸ਼ਤਾ ਹੈ ਯਾਦ ਦਾ, ਰਿਸ਼ਤਾ ਹੈ ਦਿਲ ਦਾ, ਸੰਬੰਧ ਹੈ ਯਾਦ ਦਾ, ਸੰਬੰਧ ਹੈ ਦਿਲ ਦਾ। ਭਰਾ ਭਰਾ ਨੂੰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ, ਤੇ ਉਹ ਪੁੱਤਰ ਨੂੰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ। ਭੈਣ ਭਰਾ ਨੂੰ ਭੁੱਲ ਗਈ ਹੈ, ਇਹ ਭਰਾ ਭੈਣ ਨੂੰ ਭੁੱਲ ਗਿਆ, ਸੰਬੰਧ ਟੁੱਟ ਗਿਆ। ਸੰਬੰਧ ਯਾਦ ਦੇ ਆਉਂਦੇ ਨੇ, ਸੰਬੰਧ ਦਿਲ ਦੇ ਆਉਂਦੇ ਨੇ, ਤੇ ਸਿੱਖ ਗੁਰੂ ਨੂੰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ। ਭਗਤ ਭਗਵਾਨ ਨੂੰ ਭੁੱਲ ਗਿਆ, ਪਰਮਾਤਮਾ ਨੂੰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ। ਇਸ ਵਾਸਤੇ ਤੇ ਆਖਿਆ ਗਿਆ, ਸਿਮਰਨ ਕਰ ਭਾਵ ਯਾਦ ਕਰ, ਤਾਂ ਕਿ ਤੇਰਾ ਰਿਸ਼ਤਾ ਜੁੜੇ ਅਕਾਲ ਪੁਰਖ ਨਾਲ, ਤਾਂ ਕਿ ਰਿਸ਼ਤਾ ਜੁੜੇ ਗੁਰੂ ਦੇ ਨਾਲ। ਤੇ ਗੁਰੂ ਨਾਲ ਤੇ ਸਾਡਾ ਖੂਨ ਦਾ ਰਿਸ਼ਤਾ ਉਂਝ ਵੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀ ਕੁਲਭੂਸ਼ਣ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੀ ਪਰਿਵਾਰ ਦੇ ਨੇ, ਇਸ ਤਰ੍ਹਾਂ ਦੇ ਖੂਨ ਦੇ ਰਿਸ਼ਤੇ ਨੂੰ ਸਤਿਗੁਰਾਂ ਨੂੰ ਕੋਈ ਮਹਾਨਤਾ ਵੀ ਨਹੀਂ ਦਿੱਤੀ, ਜਾਤ ਪਾਤ ਨੂੰ ਕੋਈ ਮਹਾਨਤਾ ਵੀ ਨਹੀਂ ਦਿੱਤੀ, ਸਰੀਰ ਨੂੰ ਕੋਈ ਮਹਾਨਤਾ ਵੀ ਨਹੀਂ ਦਿੱਤੀ, ਸ਼ਬਦ ਨੂੰ ਮਹਾਨਤਾ ਦਿੱਤੀ ਹੈ। ਤੇ ਸੰਬੰਧ ਤਾਂ ਜੁੜੇਗਾ ਜੇ ਸ਼ਬਦ ਯਾਦ ਹੈ, ਬਾਣੀ ਯਾਦ ਹੈ, ਗੁਰੂ ਯਾਦ ਹੈ, ਅਕਾਲ ਪੁਰਖ ਯਾਦ ਹੈ। ਜੋ ਯਾਦ ਵਿੱਚ ਵਸਿਆ ਹੋਇਆ ਹੈ ਉਹਦੇ ਨਾਲ ਸੰਬੰਧ ਜੁੜਿਆ ਹੋਇਆ ਹੈ। ਤੇ ਹੁਣ ਤੇ ਇਸ ਗੱਲ ਨਾਲ ਵਿਗਿਆਨ ਸਹਿਮਤ ਹੋ ਗਏ ਨੇ, ਜਿਹਨੂੰ ਬਹੁਤ ਯਾਦ ਕਰੀਏ ਅਗਲਾ ਵੀ ਯਾਦ ਕਰਨ ਲੱਗ ਪੈਂਦਾ ਔਰ ਇਸ ਤਰੀਕੇ ਨਾਲ ਸੰਬੰਧ ਜੁੜਦਾ। ਅਚਨ ਤੇ ਕਈ ਦਫ਼ਾ ਮਨੁੱਖ ਕਹਿ ਦਿੰਦਾ ਹੈ ਅੱਜ ਤੇ ਥਾਂ ਬੜਾ ਯਾਦ ਆ ਰਿਹਾ, ਅਗਰ ਉਸੇ ਸਮੇਂ ਉਸ ਬੰਦੇ ਨੂੰ ਵੀ ਪੁੱਛ ਲਿਆ ਜਾਏ ਜਾਂ ਕਿਸੇ ਤਰੀਕੇ ਨਾਲ ਇਸ ਸਾਰੀ ਜਾਣਕਾਰੀ ਹਾਸਲ ਕਰ ਲਈ ਜਾਏ ਤਾਂ ਇੱਕ ਗੱਲ ਸਪਸ਼ਟ ਹੋ ਰਹੀ ਹੋਵੇਗੀ, ਉਹ ਵੀ ਯਾਦ ਕਰਨੀ, ਵਰਨਾ ਹੋ ਨਹੀਂ ਸਕਦਾ। ਇੱਕ ਯਾਦ ਕਰੇ ਉਹਦੀਆਂ ਤਰੰਗਾਂ ਦੂਜੇ ਤੱਕ ਪਹੁੰਚਦੀਆਂ ਨੇ,
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਤੂੰ ਨਿਮਕ ਮਾਤਰ ਗੁਰੂ ਨੂੰ ਯਾਦ ਕਰ, ਗੁਰੂ ਬਾਰ ਬਾਰ ਤੈਨੂੰ ਯਾਦ ਕਰੇਗਾ। ਤੂੰ ਇੱਕ ਕਦਮ ਗੁਰੂ ਦੇ ਮਾਰਗ ਤੇ ਚੱਲ, ਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਲਵੇਗਾ। ਚਰਨ ਸਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗੇ ਹੋਏ ਲੇਟ ਹੈ। ਤੋ ਮੈਂ ਇਸ ਤਰ੍ਹਾਂ ਸੰਬੰਧ ਯਾਦ ਦੇਣਾ, ਰਿਸ਼ਤੇ ਯਾਦ ਦੇਣੇ, ਬੁਲਾਇਆ ਵੀ ਜਾ ਸਕਦਾ। ਭੁੱਲ ਗਏ ਪਰਮਾਤਮਾ ਨੂੰ, ਸਾਡੀ ਤਰਫੋਂ ਸੰਬੰਧ ਟੁੱਟ ਗਿਆ, ਭਾਵੇਂ ਉਹਦੀ ਤਰਫੋਂ ਸੰਬੰਧ ਜੁੜੇ ਹੋਇਆ, ਕਿਉਂਕਿ ਉਸ ਤੋਂ ਬਿਨਾਂ ਅਸੀਂ ਹੋ ਨਹੀਂ ਸਕਦੇ, ਉਸ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਪਰ ਸਾਡੀ ਤਰਫੋਂ ਸੰਬੰਧ ਟੁੱਟ ਗਿਆ ਕਿਉਂਕਿ ਭੁੱਲ ਗਿਆ। ਸਾਡੀ ਤਰਫੋਂ ਗੁਰੂ ਨਾਲ ਸੰਬੰਧ ਟੁੱਟ ਜਾਂਦਾ ਅਗਰ ਅਸੀਂ ਭੁੱਲ ਜਾਂਦੇ। ਇਸ ਵਾਸਤੇ ਧਰਮ ਦੀ ਸਾਰੀ ਸਾਧਨਾ ਯਾਦ ਤੇ ਖੜੀ ਹੈ। ਤੇ ਮੈਂ ਫਿਰ ਅਰਜ਼ ਕਰਾਂ, ਖੂਨ ਦਾ ਰਿਸ਼ਤਾ ਕੋਈ ਮਹਾਨ ਨਹੀਂ ਆਉਂਦਾ। ਰਾਜਨੀਤਿਕ ਦੁਨੀਆਂ, ਸਮਾਜਿਕ ਦੁਨੀਆਂ ਵਿੱਚ ਖੂਨ ਦੇ ਰਿਸ਼ਤੇ ਨੂੰ ਮਹਾਨਤਾ ਦਿੰਦੇ ਨੇ, ਲੇਕਿਨ ਲੰਬੀ ਚੌੜੀ ਖੋਜ ਤੋਂ ਬਾਅਦ ਜਿਹੜੀ ਗੱਲ ਸਪਸ਼ਟ ਹੋਈ ਹੈ, ਖੂਨ ਦਾ ਰਿਸ਼ਤਾ ਕੋਈ ਵੱਡਾ ਨਹੀਂ। ਸੰਤ ਸ੍ਰੀ ਕ੍ਰਿਸ਼ਨ ਦਾ ਮਾਮਾ ਹੈ, ਲੇਕਿਨ ਕ੍ਰਿਸ਼ਨ ਦੇ ਖੂਨ ਦਾ ਪਿਆਸਾ ਰਿਹਾ। ਰਿਸ਼ਤਾ ਖੂਨ ਦਾ, ਗੱਲ ਤੇ ਕੁਛ ਵੀ ਨਹੀਂ ਬਣੀ। ਔਰ ਖੂਨ ਦਾ ਰਿਸ਼ਤਾ ਦਸ਼ਰਥ ਤੇ ਰਾਮ ਦਾ, ਕੈਕਈ ਤੇ ਰਾਮ ਦਾ, ਪਰ ਗਜ਼ਬ ਦੀ ਗੱਲ ਹੈ ਰਾਮ ਨੂੰ ਬਨਵਾਸ ਦਿੱਤਾ ਜਾਵੇ। ਔਰ ਇਹ ਬਹੁਤ ਵੱਡੇ ਲੰਬੇ ਚੌੜੇ ਇਤਿਹਾਸ ਨੂੰ ਛਾਣ ਬੀਣ ਕੇ ਦੇਖਿਆ ਗਿਆ, ਖੂਨ ਦੇ ਰਿਸ਼ਤੇ ਦੀ ਮਹਾਨਤਾ ਨਹੀਂ ਹੋਈ, ਦਿਲ ਦੇ ਰਿਸ਼ਤੇ ਦੀ ਮਹਾਨਤਾ। ਦਿਲ ਕਿਹਨੂੰ ਯਾਦ ਕਰੋ? ਦਿਲ ਜਿਸ ਨੂੰ ਮਹਾਨ ਮੰਨ ਲੈਂਦਾ ਹੈ, ਦਿਲ ਜਿਸ ਨੂੰ ਅਹਿਮ ਮੰਨ ਲੈਂਦਾ ਹੈ, ਦਿਲ ਜਿਸ ਨੂੰ ਆਪਣਾ ਮੰਨ ਲੈਂਦਾ ਹੈ, ਉਹਨੂੰ ਯਾਦ ਕਰਦਾ ਔਰ ਰਿਸ਼ਤਾ ਜੁੜਿਆ ਰਹਿੰਦਾ, ਸੰਬੰਧ ਜੁੜਿਆ ਰਹਿੰਦਾ। ਸਤਿਗੁਰ ਦੀ ਬਾਣੀ ਕਹਿੰਦੀ ਹੈ, ਇੱਕ ਬੰਦਾ ਐਸਾ ਹੈ ਕਿ ਰੱਬ ਨੂੰ ਓਪਰਾ ਸਮਝ ਲੈਂਦਾ, ਇਸ ਵਾਸਤੇ ਰੱਬ ਦੀ ਯਾਦ ਨਹੀਂ ਆਉਂਦੀ, ਬਾਰ ਬਾਰ ਭੁੱਲਦਾ, ਬਥੇਰਿਆਂ ਨਾਲ ਸੰਬੰਧ ਜੁੜ ਜਾਂਦਾ ਰੱਬ ਨਾਲ ਨਹੀਂ। ਇਸ ਵਾਸਤੇ ਕਹਿੰਦੇ ਨੇ ਸੰਸਾਰ ਨੂੰ ਭੁਲਾਉਣਾ ਬੜਾ ਔਖਾ ਹੈ, ਕਿਉਂਕਿ ਦਿਲ ਦਾ ਹਿੱਸਾ ਹੈ, ਯਾਦ ਦਾ ਹਿੱਸਾ ਹੈ। ਤੇ ਨਿਰੰਕਾਰ ਨੂੰ ਯਾਦ ਕਰਨਾ ਬੜਾ ਔਖਾ ਹੈ, ਕਿਉਂਕਿ ਉਹ ਦਿਲ ਦਾ ਹਿੱਸਾ ਨਹੀਂ, ਯਾਦ ਦਾ ਹਿੱਸਾ ਨਹੀਂ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸੰ ਹੇਤ ਵਜਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਹੈ ਹੀ ਪਰਾਇਆ, ਉਹ ਪਰਾਇਆ, ਯਾਦ ਕਿਸ ਤਰ੍ਹਾਂ ਆਵੇ? ਤੋ ਮੈਂ ਇਸ ਤਰ੍ਹਾਂ ਸੰਬੰਧ ਯਾਦ ਦੇ ਨੇ। ਮ੍ਰਿਤੂ ਨਾਲ ਵੀ ਸੰਬੰਧ ਟੁੱਟ ਜਾਂਦਾ, ਮੌਤ ਹੋ ਗਈ ਸੰਬੰਧ ਟੁੱਟ ਜਾਂਦੇ ਨੇ, ਕਿਸੇ ਨੂੰ ਭੁੱਲ ਗਏ ਸੰਬੰਧ ਟੁੱਟ ਗਏ। ਸਿਰਫ ਮੌਤ ਨਾਲ ਹੀ ਸੰਬੰਧ ਨਹੀਂ ਟੁੱਟਦੇ, ਭੁੱਲ ਜਾਣ ਨਾਲ ਵੀ ਸੰਬੰਧ ਟੁੱਟ ਜਾਂਦੇ। ਇਸ ਵਾਸਤੇ ਜਿਹਨੂੰ ਬੰਦਾ ਭੁੱਲ ਜਾਂਦਾ ਤੇ ਬੰਦਾ ਸਾਫ਼ ਕਹਿ ਦਿੰਦਾ ਮੇਰੇ ਭਾਣੇ ਤੇ ਮਰ ਗਏ, ਸਾਫ਼ ਕਹਿ ਦਿੰਦਾ, ਜ਼ੁਬਾਨੀ ਵੀ ਕਹਿ ਦਿੰਦਾ ਮੇਰੇ ਬਾਣੇ ਤੇ ਫਲਾਣਾ ਮਰ ਗਿਆ, ਗੱਲ ਖਤਮ, ਕਿਉਂਕਿ ਮੇਰੀ ਯਾਦ ਦਾ ਹਿੱਸਾ ਹੀ ਨਹੀਂ ਰਿਹਾ, ਮੇਰੇ ਚੇਤੇ ਦਾ ਹਿੱਸਾ ਹੀ ਨਹੀਂ ਰਿਹਾ, ਉਹ ਮੇਰੇ ਮਨ ਦਾ ਹਿੱਸਾ ਹੀ ਨਹੀਂ ਰਿਹਾ, ਮੇਰੇ ਬਾਣੇ ਉਹ ਮਰ ਗਏ, ਖਤਮ ਹੋ ਗਏ। ਤੋ ਰਿਸ਼ਤੇ ਸਾਰੇ ਯਾਦ ਦੇ ਨੇ। ਤੇ ਮੈਂ ਅਰਜ਼ ਕਰਾਂ, ਭੈ ਸਾਰਾ ਮੌਤ ਦਾ, ਤੇ ਜਿਸ ਦਿਨ ਮੌਤ ਸੁਹੇਲਾ ਬਣ ਜਾਏ, ਮੌਤ ਖੁਸ਼ੀ ਬਣ ਜਾਏ, ਸਮਝ ਲਓ ਇਸ ਬੰਦੇ ਦਾ ਆਇਆ ਜਗਤ ਤੇ ਸਫਲ ਹੋ ਗਿਆ, ਬੰਦੇ ਦਾ ਆਇਆ ਸੰਸਾਰ ਤੇ ਸਫਲ ਹੋ ਗਿਆ। ਕਿਉਂ? ਮੌਤ ਸੁਹੇਲਾ ਬਣ ਗਈ, ਮੌਤ ਕੀਰਤਨ ਸੁਹੇਲਾ ਬਣ ਗਈ, ਸੁਹੇਲਾ ਖੁਸ਼ੀ ਦੇ ਗੀਤ, ਆਨੰਦ ਦੇ ਗੀਤ, ਮੌਤ ਆਨੰਦ ਬਣ ਗਈ। ਕਿਆ ਬਣ ਜਾਂਦੀ ਹੈ? ਕਬੀਰ ਕਹਿ ਰਹੇ ਨੇ, ਜਿਸ ਮਰਨੇ ਤੇ
ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀ ਅੰਮ੍ਰਿਤ ਪਾ ਲਈ ਲੇਖੇ ਸਾਸ ਗਿਰਾ। ਮੌਤ ਨੂੰ ਯਾਦ ਕਰੇ ਬੰਦਾ ਤੇ ਜੀਵਨ ਨੂੰ ਭੁੱਲੇ, ਧਰਮ ਦਾ ਇਹ ਉਪਦੇਸ਼ ਕਿਉਂ ਹੈ? ਬਹੁਤ ਸਾਰੇ ਤਾਰਕਿਕ, ਬਹੁਤ ਸਾਰੇ ਦਾਰਸ਼ਨਿਕ ਇਸ ਪਹਿਲੂ ਦੀ ਨਿੰਦਾ ਕਰਦੇ ਨੇ ਵੀ ਜੀਵਨ ਨੂੰ ਭੁੱਲੀਏ। ਲੰਬੀ ਚੌੜੀ ਖੋਜ ਤੋਂ ਬਾਅਦ ਇੱਕ ਗੱਲ ਸਪਸ਼ਟ ਹੋਈ ਹੈ ਕਿ ਬਾਰ ਬਾਰ ਜੀਵਨ ਦੀ ਯਾਦ ਕ੍ਰੋਧ ਨੂੰ ਵਧਾਉਂਦੀ ਹੈ, ਲੋਭ ਨੂੰ ਵਧਾਉਂਦੀ ਹੈ। ਜੀਵਨ ਦੀ ਯਾਦ ਕਾਮ ਨੂੰ ਵਧਾਉਂਦੀ, ਜੀਵਨ ਦੀ ਯਾਦ ਅਹੰਕਾਰ ਨੂੰ ਵਧਾਉਂਦੀ ਹੈ, ਵਾਸਨਾ ਨੂੰ ਜਨਮ ਦਿੰਦੀ ਹੈ, ਤ੍ਰਿਸ਼ਨਾ ਨੂੰ ਜਨਮ ਦਿੰਦੀ ਹੈ। ਬਾਰ ਬਾਰ ਜਿਸ ਨੂੰ ਜੀਵਨ ਦੇਤੇ ਆ ਰਿਹਾ ਔਰ ਜੀਵਨ ਜਿਸ ਦੀ ਧਾਰਨਾ ਵਿੱਚ ਬਾਰ ਬਾਰ ਵੱਡਾ ਹੋ ਰਿਹਾ, ਉਹਦਾ ਲੋਭ ਵੱਡਾ ਹੁੰਦਾ ਜਾਵੇਗਾ, ਅਹੰਕਾਰ ਵੱਡਾ ਹੁੰਦਾ ਜਾਵੇਗਾ, ਉਹਦਾ ਕ੍ਰੋਧ ਵੱਡਾ ਹੁੰਦਾ ਜਾਵੇਗਾ। ਕਿਉਂਕਿ ਜੀਵਨ ਬਹੁਤ ਵੱਡਾ ਹੈ, ਉਸਨੇ ਸਮਝਿਆ ਬਾਰ ਬਾਰ ਯਾਦ ਆ ਰਿਹਾ, ਜੀਵਨ ਹੀ ਯਾਦ ਆ ਰਿਹਾ ਕਿ ਜੀਵਨ ਉਸ ਵਾਸਤੇ ਬਹੁਤ ਮਹਾਨ ਹੈ, ਬਹੁਤ ਵੱਡਾ ਹੈ, ਅਸੀਮ ਹੈ। ਤੇ ਪ੍ਰਲਵਤ ਦੀ ਤੇ ਸੀਮਾ ਹੁੰਦੀ ਹੈ ਤੇ ਕ੍ਰੋਧ ਦਾ ਫਿਰ ਜਨਮ ਹੋਏਗਾ ਇੱਥੋਂ। ਕਿਉਂਕਿ ਜੀਵਨ ਬਹੁਤ ਵੱਡਾ ਮੰਨ ਲਿਆ ਮਨੁੱਖ ਨੇ, ਅਸੀਮ ਤੇ ਪ੍ਰਲਵਤ ਦੀ ਸੀਮਾ। ਅਸੀਮ ਜੀਵਨ ਦੇ ਨਾਲ ਸੀਮਤ ਪ੍ਰਲਵਤ ਦਾ ਤਾਲਮੇਲ ਨਹੀਂ ਬੈਠੇਗਾ, ਕ੍ਰੋਧ ਦਾ ਜਨਮ ਹੋਵੇਗਾ, ਇੱਥੋਂ ਹੀ ਕ੍ਰੋਧ ਪੈਦਾ ਹੋਣਾ। ਕਾਰਨ, ਜੀਵਨ ਦੀ ਧਾਰਨਾ ਬਹੁਤ ਵੱਡੀ ਤੇ ਪ੍ਰਲਵਤ ਬਹੁਤ ਛੋਟੀ, ਕ੍ਰੋਧ ਪੈਦਾ ਹੋਵੇਗਾ। ਜੀਵਨ ਬਹੁਤ ਵੱਡਾ ਹੈ ਤਾਂ ਅਹੰਕਾਰ ਬਹੁਤ ਵੱਡਾ, ਜੀਵਨ ਬਹੁਤ ਵੱਡਾ ਹੈ ਤਾਂ ਲੋਭ ਬਹੁਤ ਵੱਡਾ। ਜਿਤਨਾ ਯਾਦ ਕਰਦੇ ਜਾਓ, ਯਾਦ ਕਰਦੇ ਜਾਓ ਜ਼ਿੰਦਗੀ ਨੂੰ, ਜ਼ਿੰਦਗੀ ਚੇਤੇ ਰਹੇ, ਜੀਵਨ ਹੀ ਚੇਤੇ ਰਹੇ, ਤਾਂ ਵਿਕਾਰ ਚੇਤੇ ਰਹਿਣਗੇ, ਲੋਭ ਚੇਤੇ ਰਹੇਗਾ, ਵਾਸਨਾ ਚੇਤੇ ਰਹੇਗੀ, ਕ੍ਰੋਧ ਉਤਪੰਨ ਹੋਵੇਗਾ, ਅਹੰਕਾਰ ਉਤਪੰਨ ਹੋਵੇਗਾ। ਲੰਬੀ ਚੌੜੀ ਸਾਧਨਾ ਤੋਂ ਬਾਅਦ ਜਿਹੜੇ ਗੁਰ ਸਤਪੁਰਸ਼ਾਂ ਨੂੰ ਲਵੇ ਨੇ, ਉਹਨਾਂ ਨੂੰ ਇਹ ਕਹਿਣਾ ਪਿਆ, ਐ ਬੰਦੇ ਤੂੰ ਮੌਤ ਚੇਤੇ ਰੱਖ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਬਨ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਜਿਹਨੂੰ ਮੌਤ ਚੇਤੇ ਹੈ, ਬਾਰ ਬਾਰ ਚੇਤੇ ਹੈ, ਲੋਭ ਛੋਟਾ ਹੋ ਜਾਏਗਾ ਜਾਂ ਖਤਮ ਹੋ ਜਾਏਗਾ। ਜਿਹਨੂੰ ਮੌਤ ਚੇਤੇ ਹੈ ਜਾਂ ਬਾਰ ਬਾਰ ਚੇਤੇ ਆਉਂਦੀ ਹੈ, ਹੰਕਾਰ ਨੂੰ ਥਾਂ ਨਹੀਂ ਮਿਲਦੀ, ਵਾਚਨਾ ਨੂੰ ਥਾਂ ਨਹੀਂ ਮਿਲਦੀ, ਸਭ ਕੁਛ ਸੰਬੰਧ ਟੁੱਟ ਜਾਂਦਾ। ਇਸ ਵਾਸਤੇ ਕਹਿੰਦੇ ਨੇ ਕਿ ਮੌਤ ਇੱਕ ਲੰਬੀ ਨੀਂਦ ਹੈ, ਨੀਂਦ ਇੱਕ ਛੋਟੀ ਮੌਤ ਹੈ। ਇਸ ਤਰ੍ਹਾਂ ਦਾਰਸ਼ਨਿਕ ਕਹਿੰਦੇ, ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਲੰਬੀ ਨੀਂਦ, ਬਹੁਤ ਲੰਬੀ। ਸੰਬੰਧ ਦੋਵਾਂ ਦੇ ਟੁੱਟਦੇ ਨੇ, ਕਿਉਂਕਿ ਨੀਂਦ ਇੱਕ ਛੋਟੀ ਮੌਤ ਹੈ, ਤਾਂ ਵਕਤੀ ਤੌਰ ਤੇ ਸੰਬੰਧ ਟੁੱਟ ਜਾਂਦੇ ਨੇ। ਜਿਤਨੀ ਦੇਰ ਤੱਕ ਬੰਦਾ ਸੁੱਤਾ ਹੋਇਆ, ਤਾਂ ਜਦ ਜਗਤ ਨਾਲ ਸੰਬੰਧ ਟੁੱਟੀ ਜਾਣਾ ਹੈ ਸੌਂ ਕੇ ਨੀਂਦ ਦੇ, ਤਾਂ ਕੀਰਤਨ ਸੋਹਲੇ ਦੀ ਬਾਣੀ ਸੰਬੰਧ ਨੂੰ ਤੋੜਨ ਲੱਗੇ, ਨਿਤਨੇਮ ਦਾ ਹਿੱਸਾ ਬਣ ਗਈ। ਜਗਤ ਨਾਲ ਤੇਰਾ ਸੰਬੰਧ ਟੁੱਟ ਜਾਣਾ, ਤੂੰ ਗੂੜੀ ਨੀਂਦ ਦੇ ਚਲਾ ਜਾਣਾ, ਇਸ ਤੋਂ ਪਹਿਲੇ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਲੈ, ਕੀਰਤਨ ਸੋਹਲਾ ਹੋ। ਔਰ ਜਿਹੜਾ ਸੰਬੰਧ ਟੁੱਟਣਾ ਹੈ, ਇਹ ਛੋਟੀ ਮੌਤ ਹੈ, ਔਰ ਇਸ ਮੌਤ ਦੇ ਰਾਹੀਂ ਤੈਨੂੰ ਵੱਡੀ ਮੌਤ ਦੇਤੇ ਆਵੇ, ਕੀਰਤਨ ਸੋਹਲੇ ਦੀ ਬਾਣੀ। ਤਾਂ ਮੈਂ ਫਿਰ ਅਰਜ਼ ਕਰਾਂ, ਸੋਹਲੇ ਦਾ ਆਖਰੀ ਅਰਥ ਹੈ ਖੁਸ਼ੀ ਦੇ ਗੀਤ। ਜ਼ਿੰਦਗੀ ਉਸ ਮਨੁੱਖ ਦੀ ਸਫਲ ਹੋ ਗਈ ਜਿਹਦੀ ਮੌਤ ਸੋਹੇਲਾ ਬਣ ਗਈ, ਜਿਹਦੀ ਮੌਤ ਖੁਸ਼ੀ ਬਣ ਗਈ। ਔਰ ਮੌਤ ਖੁਸ਼ੀ ਬਣ ਜਾਂਦੀ ਹੈ
ਬੜੇ ਪ੍ਰਬਲ ਸਬੂਤ ਭਗਤਾਂ ਨੇ ਦਿੱਤੇ ਨੇ ਕਿ ਜਿਸ ਮੌਤ ਤੋਂ ਜਗਤ ਦੁਖੀ ਹੈ, ਜਗਤ ਬੋਝਲ ਹੈ, ਫਿਕਰ ਤੇ ਚਿੰਤਾ ਵਿੱਚ ਹੈ, ਸਾਡੇ ਲਈ ਉਹ ਮੌਤ ਆਨੰਦ ਹੈ। ਜਿਸ ਮਰਣੇ ਤੇ ਜਗ ਡਰੇ ਮੇਰੇ ਮਨ ਆਨੰਦ। ਤੋ ਸੋਹਿਲੇ ਦੀ ਭੂਮਿਕਾ ਮੈਂ ਤੁਹਾਡੇ ਸਾਹਮਣੇ ਰੱਖੀ ਕਿਉਂਕਿ ਹੁਕਮ ਹੈ ਆਪ ਜੀ ਦਾ ਕਿ ਕੀਰਤਨ ਸੋਹਿਲੇ ਦੀ ਬਾਣੀ ਦੀ ਵਿਚਾਰ। ਤੋ ਸੋਹਿਲਾ ਇਸ ਬਾਣੀ ਦਾ ਨਾਂ ਤੇ ਜਿਸ ਰਾਗ ਵਿੱਚ ਉਚਾਰਨ ਕੀਤੀ ਗਈ ਹੈ ਇਹ ਬਾਣੀ ਗੌੜੀ ਹੈ, ਲੇਕਿਨ ਇਹ ਸ਼ਬਦ ਪਹਿਲਾ ਸ਼ਬਦ ਗੌੜੀ ਦੇਵਕੀ ਦੇ ਹੈ। ਸੰਗੀਤ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਜਾਣਦੇ ਨੇ ਕਿ ਗੌੜੀ ਪੂਰਬੀ ਇਹ ਕੀਰਤਨ ਸੋਹਿਲੇ 'ਚ ਜਿਹੜੇ ਬਾਕੀ ਸ਼ਬਦ ਆਉਣਗੇ ਉਹਦੇ 'ਚ ਕੁਛ ਗੌੜੀ ਪੂਰਬੀ ਹੈ ਤੇ ਪਹਿਲਾ ਸ਼ਬਦ ਗੌੜੀ ਦੇਵਕੀ ਹੈ। ਉਂਝ ਗੌੜੀ ਚੇਤੀ ਵੀ ਹੈ। ਤੇ ਹਿੰਦੁਸਤਾਨ ਵਿੱਚ ਦੋ ਤਰ੍ਹਾਂ ਦਾ ਸੰਗੀਤ ਹੈ, ਦੱਖਣ ਭਾਰਤ ਦਾ ਸੰਗੀਤ ਤੇ ਪੂਰਬੀ ਭਾਰਤ ਦਾ ਸੰਗੀਤ। ਪੂਰਬੀ ਭਾਰਤ ਦੇ ਸੰਗੀਤ ਦਾ ਦੱਖਣ ਭਾਰਤ ਦੇ ਸੰਗੀਤ ਨਾਲ ਕੋਈ ਤਾਲਮੇਲ ਨਹੀਂ ਹੈ ਔਰ ਇੱਕਦਮ ਪਤਾ ਚੱਲ ਜਾਂਦਾ ਹੈ ਦੱਖਣ ਭਾਰਤ ਦਾ ਸੰਗੀਤ ਹੈ ਜੋ ਕਰਨਾਟਕ ਦੇ, ਆਂਧਰਾ ਪ੍ਰਦੇਸ਼ ਦੇ, ਤਾਮਿਲਨਾਡੂ ਤੇ ਕੇਰਲਾ ਵਿੱਚ ਗਾਇਨ ਕੀਤਾ ਜਾਂਦਾ ਹੈ ਦੱਖਣ ਭਾਰਤ ਦਾ ਸੰਗੀਤ। ਬੰਗਾਲ, ਉੜੀਸਾ, ਬਿਹਾਰ, ਯੂਪੀ ਦੇ ਹਥਾ ਕਿ ਪੰਜਾਬ ਤੱਕ ਜੋ ਗਾਇਆ ਜਾਂਦਾ ਇਹਨੂੰ ਪੂਰਬੀ ਭਾਰਤ ਦਾ ਸੰਗੀਤ ਕਹਿੰਦੇ ਹਨ। ਤੇ ਦੋਹਾਂ ਨੇ ਦੋ ਰਾਗ ਮੁਖੀ ਮੰਨੇ ਨੇ ਪਰ ਵੱਖ ਵੱਖ ਮੰਨੇ ਨੇ। ਜੋ ਮੇਰੇ ਪੜ੍ਹਨ ਵਿੱਚ ਆਇਆ ਦੱਖਣ ਭਾਰਤ ਦੇ ਲੋਕ ਸ੍ਰੀ ਰਾਗ ਨੂੰ ਸਿਰਮੌਰ ਮੰਨਦੇ ਨੇ, ਪੂਰਬੀ ਭਾਰਤ ਦੇ ਨਹੀਂ ਮੰਨਦੇ। ਪੂਰਬੀ ਭਾਰਤ ਦੇ ਭੈਰੋ ਨੂੰ ਮੰਨਦੇ, ਇੱਕ ਭੈਰੋ ਨੂੰ ਸਿਰਮੌਰ ਮੰਨਦਾ, ਇੱਕ ਸ੍ਰੀ ਰਾਗ ਨੂੰ ਸਿਰਮੌਰ ਮੰਨਦਾ। ਜਿੱਥੇ ਰਾਗਾਂ ਵਿੱਚ ਬਾਣੀ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ, ਉੱਥੇ ਸਭ ਤੋਂ ਪਹਿਲੇ ਸ੍ਰੀ ਰਾਗ ਹੈ ਔਰ ਰਾਗਮਾਲਾ ਵਿੱਚ ਸਭ ਤੋਂ ਪਹਿਲੇ ਭੈਰੋ ਰਾਗ ਹੈ। ਪ੍ਰਥਮ ਰਾਗ ਭੈਰੋ ਵੇ ਕਰੀ ਪੰਚ ਰਾਗਨੀ ਸੰਗ ਉਚਰਈ, ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ, ਪੁਨ ਅਸਲੇ ਕੀ ਭਈ ਬਾਰੀ, ਇਹ ਭੈਰੋ ਕੀ ਪਾਂਚੋ ਨਾਰੀ। ਇਹ ਰਾਗ ਰਾਗਣੀਆਂ ਭੈਰੋ ਦੀਆਂ ਨਾਰੀਆਂ, ਪੁੱਤਰ ਨੇ, ਪੋਤਰੇ ਨੇ, ਲੰਬਾ ਚੌੜਾ ਭੈਰੋ ਦਾ ਪਰਿਵਾਰ। ਭੈਰੋ ਸਿਰਮੌਰ ਹੈ, ਪ੍ਰਥਮ ਰਾਗ ਭੈਰੋ ਵੇ ਕਰੀ। ਪੂਰਬੀ ਭਾਰਤ ਦੀ ਇਹ ਧਾਰਨਾ, ਦੱਖਣ ਭਾਰਤ ਦੀ ਇਹ ਧਾਰਨਾ ਨਹੀਂ, ਉਹ ਸ੍ਰੀ ਰਾਗ ਨੂੰ ਸਿਰਮੌਰ ਸਮਝਦੇ। ਸ੍ਰੀ ਰਾਗ ਸਭ ਤੋਂ ਵੱਡਾ ਹੈ ਤੇ ਹਿੰਦੁਸਤਾਨ ਦੇ ਗਾਇਕ ਇਸ ਗੱਲ ਨੂੰ ਸਮਝਦੇ ਨੇ। ਜਿਤਨਾ ਸ਼ੁੱਧ ਤੇ ਮਹਾਨ ਸ੍ਰੀ ਰਾਗ ਦੱਖਣ ਭਾਰਤ ਵਿੱਚ ਗਾਇਆ ਜਾਂਦਾ ਹੈ, ਇਤਨਾ ਪੂਰਬੀ ਭਾਰਤ ਵਿੱਚ ਨਹੀਂ। ਔਰ ਗਜ਼ਬ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਵੀ ਗਾ ਲੈਂਦੇ ਨੇ, ਆਸਾ ਵੀ ਗਾ ਲੈਂਦੇ। ਔਰ ਆਪ ਦੀ ਗਿਆਤ ਵਾਸਤੇ ਅਰਥ ਕਰਾਂ ਜੋ ਸੰਗੀਤਕਾਰ ਹਿੰਦੁਸਤਾਨ ਦੇ ਕਹਿੰਦੇ ਨੇ ਕਿ ਮਾਝ ਰਾਗ ਤੇ ਆਸਾ ਰਾਗ ਇਹ ਗੁਰੂ ਨਾਨਕ ਦੀ ਉਪਜ ਹੈ, ਕਿਸੇ ਸੰਗੀਤ ਗ੍ਰੰਥ ਵਿੱਚ ਹੈ ਹੀ ਨਹੀਂ, ਕਿਸੇ ਸੰਗੀਤ ਵਿਦਿਆਲੇ 'ਚ ਪੜ੍ਹਾਇਆ ਹੀ ਨਹੀਂ ਜਾਂਦਾ, ਸਿਖਾਇਆ ਹੀ ਨਹੀਂ ਜਾਂਦਾ, ਇਹਦੇ ਬਾਰੇ ਕੁਛ ਵੀ ਨਹੀਂ ਲਿਖਿਆ ਹੋਇਆ। ਭਾਰਤ ਖੰਡੇ ਵਿੱਚ ਸੰਗੀਤ ਸਿਖਾਉਣ ਵਾਲੇ ਸੰਗੀਤ ਸਮਰਾਟ ਉਹਨਾਂ ਦੇ ਨਾਲ ਜਦ ਵਿਚਾਰ ਵਟਾਂਦਰਾ ਹੋਇਆ ਤੇ ਮੈਨੂੰ ਕਹਿਣ ਲੱਗੇ ਇਹ ਦੋ ਰਾਗ ਗੁਰੂ ਜੀ ਦੀ ਆਪਣੀ ਦੇਣ ਹੈ, ਉਹਨਾਂ ਦੀ ਆਪਣੀ ਖੋਜ, ਉਹਨਾਂ ਦੀ ਆਪਣੀ ਬਣਤਰ ਹੈ, ਸਾਡੇ ਸੰਗੀਤ ਦੇ ਗ੍ਰੰਥਾਂ ਵਿੱਚ ਨਹੀਂ ਹੈ, ਗੁਰੂ ਨਾਨਕ ਦੀ ਆਪਣੀ ਦੇਣ ਹੈ। ਤੇ ਇੱਥੋਂ ਹੀ ਮੇਰੇ ਮਨ ਵਿੱਚ ਖਿਆਲ ਪੈਦਾ ਹੋਇਆ ਕਿ ਗੁਰਬਾਣੀ ਦੀ ਰੂਹਾਨੀ ਵਿਚਾਰਧਾਰਾ ਇਸ ਸੰਬੰਧ ਵਿੱਚ ਤੇ ਬਹੁਤ ਖੋਜ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦਾ ਇੱਕ ਇਹ ਪਹਿਲੂ ਵੀ ਹੈ ਕਿ ਗੀਤ ਸੰਗੀਤ ਦੀ ਖੋਜ ਕੀਤੀ ਹੈ, ਕਾਵਿ ਸ਼ੈਲੀ
ਤੇ ਸੰਗੀਤ ਸ਼ੈਲੀ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਮਹਾਨ ਪੱਖ ਹੈ ਤੇ ਇਸੇ ਕੀਰਤਨ ਸੋਹਲੇ ਵਿੱਚ ਦੋ ਤਰ੍ਹਾਂ ਦੀ ਗੌੜੀਆਂ ਆ ਜਾਂਦੀਆਂ ਨੇ। ਪਹਿਲਾ ਸ਼ਬਦ ਹੈ ਗੌੜੀ ਚੇਤੀ ਵਿੱਚ, ਦੂਜੇ ਤੀਜੇ ਨੇ ਗੌੜੀ ਪੂਰਬ ਵਿੱਚ। ਇੱਕ ਪੂਰਬੀ ਗੌੜੀ, ਇੱਕ ਚੇਤੀ ਗੌੜੀ। ਜਿਸ ਤਰ੍ਹਾਂ ਟੋਡੀ ਮੀਆਂ ਕੀ ਟੋਡੀ ਤਾਨਸੇਨ ਨੇ ਉਪਜ ਕੀਤੀ ਤੇ ਬੜੀ ਪ੍ਰਚਲਿਤ ਹੋਈ ਤੇ ਬਹੁਤ ਸਾਰੇ ਸੰਗੀਤਕਾਰਾਂ ਨੇ ਅਪਣਾਈ, ਲੇਕਿਨ ਦੇਨ ਤਾਨਸੇਨ ਦੀ ਪਰ ਉਹਦੇ ਨਾਮ ਦੇ ਨਾਲ ਜੁੜ ਗਏ। ਮੀਆਂ ਕੀ ਟੋਡੀ ਬਣਤਰ ਉਸਦੀ, ਬੰਦਿਸ਼ ਉਸਦੀ, ਦੇਨ ਉਸਦੀ। ਇਸ ਤਰ੍ਹਾਂ ਕਹਿੰਦੇ ਨੇ ਕਿ ਕੁਛ ਰਾਗ ਗੁਰੂ ਨਾਨਕ ਦੀ ਆਪਣੀ ਦੇਨ, ਕੁਛ ਰਾਗ ਉਹਨਾਂ ਦੇ ਅੰਦਰੋਂ ਫੁੱਟੇ ਨੇ, ਕੁਛ ਰਾਗ ਦੀ ਤਰਤੀਬ ਉਹਨਾਂ ਨੇ ਦਿੱਤੀ ਹੈ, ਉਹਨਾਂ ਦੀ ਆਪਣੀ ਬਣਤਰ ਹੈ। ਸੋ ਖੈਰ ਇਹ ਸ਼ਬਦ ਹੈ ਗੌੜੀ ਚੇਤੀ ਦੇ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਗੌੜੀ ਦੇਵਤੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ। ਮਹੱਲਾ ਪਹਿਲਾ। ਕਾਫੀ ਸਮੇਂ ਤੱਕ ਇਸ ਮਹੱਲੇ ਨੂੰ ਮਹਿਲਾ ਕਰਕੇ ਪੜਿਆ ਜਾਂਦਾ ਰਿਹਾ ਤੇ ਕੁਛ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਨੇ ਕਿ ਅਰਬੀ ਫਾਰਸੀ ਨਾਲ ਜੋੜ ਦਈਏ ਤੇ ਅਰਥ ਕੁਝ ਹੋਰ ਬਣਦੇ ਨੇ, ਸੰਸਕ੍ਰਿਤ ਨਾਲ ਜੋੜੀਏ ਤੇ ਅਰਥ ਕੁਝ ਹੋਰ ਬਣਦੇ ਨੇ। ਮਹਲ ਜਾਂ ਮਹੱਲਾ ਅਰਬੀ ਨਾਲ ਜੋੜੀਏ ਤੇ ਭਰ ਅਰਥ ਬਣਦੇ ਨੇ ਮਹਿਲਾਤ, ਘਰ, ਟਿਕਾਣਾ, ਪਰ ਸੰਸਕ੍ਰਿਤ ਨਾਲ ਜੋੜੀਏ ਤੇ ਅਰਥ ਬਣਦੇ ਨੇ ਇਸਤਰੀ, ਮਹਿਲਾ, ਇਸਤਰੀ। ਇਸੇ ਤਰੀਕੇ ਨਾਲ ਕਰਮ ਲਫ਼ਜ਼ ਫਾਰਸੀ ਦਾ ਹੈ, ਇਹਦੇ ਅਖਰੀ ਅਰਥ ਕਰੀਏ ਤੇ ਬਖਸ਼ਿਸ਼। ਕਰਮ ਬਈ ਫਲਾਣੇ ਤੇ ਖੁਦਾ ਦਾ ਕਰਮ ਹੋ ਗਏ। ਕਰਮ ਸ਼ਬਦ ਨੂੰ ਸੰਸਕ੍ਰਿਤ ਦੇ ਚ ਲਈਏ, ਹਿੰਦੀ ਦੇ ਚ ਲਈਏ ਤੇ ਇਹਦੇ ਅਰਥ ਬਣਦੇ ਨੇ ਕੰਮ, ਬਖਸ਼ਿਸ਼ ਨਹੀਂ, ਕੰਮ, ਬਈ ਤੂੰ ਕਰਮ ਕੀ ਕਰਦਾ, ਕੰਮ ਧੰਦਾ ਕੀ ਕਰਦਾ। ਪਾਕ ਸ਼ਬਦ ਜਿਹੜਾ ਅਰਬੀ ਤੇ ਫਾਰਸੀ ਦੇ ਚ ਇਸਦੇ ਅਰਥ ਕਰੀਏ ਤੇ ਪਵਿੱਤਰ, ਸਾਫ਼ ਸੁਥਰਾ, ਪਰ ਸੰਸਕ੍ਰਿਤ ਦੇ ਵਿੱਚ ਪਾਕ ਦੇ ਅਰਥ ਨੇ ਭੋਜਨ ਤੇ ਪਾਕ ਸਾਲ ਦੇ ਅਰਥ ਨੇ ਰਸੋਈ ਘਰ ਜਿੱਥੇ ਭੋਜਨ ਬਣਾਇਆ ਜਾਂਦਾ। ਪਾਕ ਭੋਜਨ ਤੇ ਪਾਕ ਸਾਫ਼ ਸੁਥਰਾ ਉਰਦੂ ਦੇ, ਪਰਸ਼ੀਅਨ ਦੇ ਵਿੱਚ ਦੇ ਅਰਥ ਕਰੀਏ ਤੇ ਸਾਫ਼ ਸੁਥਰਾ ਪਾਕ ਦੇ, ਪਰ ਪਾਕ ਨੂੰ ਲੈ ਜਾਈਏ ਸੰਸਕ੍ਰਿਤ ਦੇ ਵਿੱਚ ਤੇ ਇਹਦੇ ਅਰਥ ਬਣਦੇ ਨੇ ਭੋਜਨ, ਖਾਣਾ ਪੀਣਾ। ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ। ਅਗਰ ਇਸ ਗੱਲ ਦੀ ਪੜਚੋਲ ਨਾ ਕੀਤੀ ਜਾਏ ਕਿ ਇਹ ਜਿਹੜਾ ਅੱਖਰ ਹੈ, ਇਹ ਜਿਹੜਾ ਅਲਫਾਜ਼ ਹੈ, ਕਿਹੜੀ ਭਾਸ਼ਾ ਨਾਲ ਸੰਬੰਧਿਤ ਰੱਖਦਾ ਹੈ, ਤਾਂ ਅਰਥ ਕਰਨ ਲੱਗੇ ਬੜੀ ਅੜਚਨ ਹੋਵੇ। ਜੇ ਪਾਕ ਨੂੰ ਕੋਈ ਉਰਦੂ ਦਾ ਹੀ ਲਫ਼ਜ਼ ਸਮਝ ਲਵੇ ਤਾਂ ਹੋਵਾ ਪਾਕ ਪਵਿੱਤਰ। ਇੱਥੇ ਪਾਕ ਦੇ ਅਰਥ ਨੇ ਭੋਜਨ, ਪਾਕ ਦੇ ਅਰਥ ਪਵਿੱਤਰ ਨਹੀਂ, ਕਿਉਂਕਿ ਪਵਿੱਤਰ ਤੇ ਨਾਲ ਸਤਿਗੁਰ ਨੇ ਲਿਖ ਦਿੱਤਾ ਹੈ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਘ੍ਰਿਤ ਤਾਂ ਹੋਵਾ ਪਾਕ ਪਵਿੱਤਰ। ਇਹ ਸਾਰੀ ਸਾਜੋ ਸਮੱਗਰੀ ਇਕੱਠੀ ਹੋਈ ਤਾਂ ਪਵਿੱਤਰ ਭੋਜਨ ਬਣ ਗਿਆ, ਤਾਂ ਹੋਵਾ ਪਾਕ ਪਵਿੱਤਰ, ਪਾਕ ਭੋਜਨ, ਪਵਿੱਤਰ ਪਵਿੱਤਰ ਭੋਜਨ ਬਣ ਗਿਆ, ਇਹ ਸਾਰਾ ਸਾਜੋ ਸਮਾਨ ਇਕੱਠਾ ਹੋਇਆ। ਪਰ ਪਾਕ ਦੇ ਅਰਥ ਨੇ ਸਾਫ਼ ਸੁਥਰਾ, ਇਸੇ ਦੇ ਆਧਾਰ ਦੇ ਉੱਤੇ ਦੇਸ਼ ਦੀ ਵੰਡ ਜਦ ਹੋਈ ਤੇ ਮੁਸਲਮਾਨਾਂ ਨੇ ਆਪਣੇ ਮੁਲਕ ਦਾ ਨਾਂ ਰੱਖਿਆ ਪਾਕਿਸਤਾਨ, ਬਈ ਪਵਿੱਤਰ ਘਰ, ਪਵਿੱਤਰ ਅਸਥਾਨ, ਸਾਫ਼ ਸੁਥਰਾ ਘਰ, ਪਾਕ ਦਾ ਮਤਲਬ ਸਾਫ਼ ਸੁਥਰਾ। ਤੋ ਗੁਰੂ ਗ੍ਰੰਥ ਸਾਹਿਬ ਵਿੱਚ ਬੇਸ਼ਤਰ ਐਸੇ ਸ਼ਬਦ ਨੇ ਜਿਨ੍ਹਾਂ ਬਾਰੇ ਇਹ ਸਭ ਤੋਂ ਪਹਿਲੇ ਜਾਣਨਾ ਹੁੰਦਾ ਹੈ ਵੀ ਇਹ ਸ਼ਬਦ ਪਰਸ਼ੀਅਨ ਦਾ ਹੈ ਜਾਂ ਸੰਸਕ੍ਰਿਤ ਦਾ, ਵਰਨਾ ਅਰਥ ਕਰਨ ਲੱਗਿਆਂ ਬਹੁਤ ਵੱਡੀ ਅੜਚਣ ਖੜੀ ਹੋ ਜਾਂਦੀ ਹੈ। ਕਾਫ਼ੀ ਸਮੇਂ ਤੱਕ ਮਹਿਲਾ ਦੇ ਅਰਥ ਇਸਤਰੀ ਕੀਤੇ ਜਾਂਦੇ ਰਹੇ ਤੇ ਮਹਿਲਾ ਹੀ ਪੜਿਆ ਗਿਆ। ਬਈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਰੂਪ ਦੇ ਵਿੱਚ ਬਾਣੀ ਉਚਾਰਨ ਕਰ ਰਹੇ ਨੇ,
ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਇਸਤਰੀ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ। ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖਤ ਜਿਹੜੀ ਹੈ, ਜਿਸ ਰੰਗ ਦੀ ਲਿਖਤ ਮਿਲ ਗਈ, ਉਸਨੇ ਇਸ ਵਿਚਾਰਧਾਰਿਆਂ ਨੂੰ ਤੇ ਇਸ ਅਰਥਾਂ ਨੂੰ ਗਲਤ ਸਾਬਤ ਕੀਤਾ। ਅਗਰ ਵਾਕਈ ਇਸਤਰੀ ਰੂਪ ਵਿੱਚ ਉਚਾਰਨ ਕਰਦੇ ਨੇ ਤਾਂ ਫਿਰ ਇੰਝ ਪੜ੍ਹਨਾ ਚਾਹੀਦਾ ਹੈ, ਮਹਿਲਾ ਪਹਿਲੀ, ਮਹਿਲਾ ਦੂਜੀ, ਮਹਿਲਾ ਤੀਜੀ, ਮਹਿਲਾ ਚੌਥੀ। ਪਰ ਜੋ ਲਿਖਤ ਵਿੱਚ ਵੀ ਮੌਜੂਦ ਹੈ ਉਸ ਤਰ੍ਹਾਂ ਲਿਖਿਆ ਹੋਇਆ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਇੰਜ ਲਿਖੇ। ਸਪਸ਼ਟ ਹੋ ਗਈ ਗੱਲ ਕਿ ਇਸਤਰੀ ਰੂਪ ਵਿੱਚ ਨਹੀਂ ਉਚਾਰਨ ਕੀਤਾ। ਇਹਦੇ ਅਰਥ ਨੇ ਗੁਰੂ ਨਾਨਕ ਦੀ ਪਹਿਲੀ ਜੋਤ ਜੋ ਪਹਿਲੇ ਘਰ ਦੇ ਉਚਾਰਨ ਕਰ ਰਹੀ ਹੈ, ਦੂਜਾ ਘਰ ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਘਰ ਬਦਲਦੇ ਗਏ, ਜੋਤ ਹੋਈ, ਜੁਗਤ ਹੋਈ, ਵਿਚਾਰ ਹੋਈ, ਘਰ ਬਦਲਦੇ। ਪੰਜਵੇਂ ਘਰ ਦੇ, ਚੌਥੇ ਘਰ ਦੇ, ਤੀਜੇ ਘਰ ਦੇ ਗੁਰੂ ਨਾਨਕ ਦੀ ਬੋਲ ਰਹੇ। ਮਹੱਲਾ ਨਾਵਾਂ, ਹੁਣ ਨੌਵੇਂ ਘਰ ਵਿੱਚ ਬੋਲਦੇ ਨੇ, ਜੋਤ ਹੋਈ, ਜੁਗਤ ਹੋਈ, ਵਿਚਾਰ ਹੋਈ, ਫਿਲਸਫਾ ਹੋਈ, ਪ੍ਰਕਾਸ਼ ਹੋਈ, ਘਰ ਬਦਲ ਗਏ, ਸਰੀਰ ਬਦਲ ਗਏ, ਸਰੀਰ ਘਰ ਹੈ, ਟਿਕਾਣ। ਇਸ ਤਰ੍ਹਾਂ ਸਰੀਰਾਂ ਦੇ ਚੋਂ ਸਰੀਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸ ਨੂੰ ਅਸੀਂ 11ਵਾਂ ਸਰੀਰ ਕਹਿ ਸਕੀਏ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 11ਵੇਂ ਘਰ ਨੇ, 11ਵਾਂ ਟਿਕਾਣਾ, ਜਿਸ ਦੇ ਸ਼ਬਦ ਹਮੇਸ਼ਾ ਲਈ ਟਿਕ ਗਿਆ, ਰਹਿ ਗਿਆ। ਤੋ ਮਹੱਲ ਤੋਂ ਇਹ ਸ਼ਬਦ ਹੈ ਮਹੱਲਾ, ਟਿਕਾਣਾ, ਅਸਥਾਨ। ਮਹਿਲਾ ਪੜ੍ਹਨ ਨਾਲ ਫਿਰ ਅਰਥ ਹੋ ਜਾਂਦੇ ਨੇ ਇਸਤਰੀ। ਤੋ ਸ਼ਬਦ ਇਹ ਪਰਸ਼ਿੰਦ ਹੈ ਅਰਬੀ ਦਾ। ਅਗਾਂਹ ਹੈ ਮੂਲ ਮੰਗਲਾ ਚਰਨ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਉਂਕਿ ਸਿੱਖ ਜਗਤ ਦੇ ਹੁਣ ਤਮਾਮ ਸਿਰਮੌਰ ਵਿਦਵਾਨ ਇਸਦੇ ਅਰਥ ਇਸਤਰੀ ਨਹੀਂ ਕਰਦੇ। ਔਰ ਇਸਦੇ ਲਿਖਤੀ ਸਬੂਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਮਿਲ ਜਾਂਦੇ ਨੇ। ਦੂਜਾ ਤੀਜਾ ਜੋ ਨਾਲ ਲਿਖਿਆ ਹੈ ਇਹ ਅਰਥ ਇਸਤਰੀ ਰੂਪ ਦੀ ਸੂਚਨਾ ਨਹੀਂ ਦਿੰਦੇ। ਖੈਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਮੂਲ ਮੰਗਲਾ ਚਰਨ ਹੈ। ਤੇ ਮੂਲ ਦਾ ਮਤਲਬ ਹੈ ਸਭ ਤੋਂ ਪਹਿਲੇ, ਸਭ ਤੋਂ ਪ੍ਰਥਮ। ਸਿੱਖ ਜਗਤ ਵਿੱਚ ਇਹ ਵੀ ਇੱਕ ਵਿਵਾਦ ਦਾ ਕਾਰਨ ਰਿਹਾ ਕਾਫੀ ਸਮੇਂ ਤੱਕ, ਕਿ ਮੂਲ ਮੰਗਲਾ ਚਰਨ ਥੱਲੇ ਹੈ ਜਾਂ ਉੱਪਰ ਹੈ। ਬਹੁਤ ਕਾਫੀ ਸਮੇਂ ਤੱਕ ਇਹ ਵਿਵਾਦ ਦਾ ਕਾਰਨ ਰਿਹਾ ਹੈ। ਔਰ ਜੋ ਦਾਸ ਨੇ ਲਿਖਤੀ ਦੀੜਾਂ ਦੇ ਦਰਸ਼ਨ ਕੀਤੇ ਨੇ ਪਹਿਲੇ ਜੋ ਮੌਜੂਦ ਨੇ, ਇਹ ਮੰਗਲਾ ਚਰਨ ਬਿਲਕੁਲ ਇੱਕ ਪਾਸੇ ਸੱਜੇ ਪਾਸੇ ਲਿਖਿਆ, ਨਾ ਉੱਪਰ ਲਿਖਿਆ ਨਾ ਥੱਲੇ ਲਿਖਿਆ, ਜੋ ਲਿਖਤੀ ਦੀੜਾਂ ਨਾ ਉੱਪਰ ਲਿਖਿਆ ਨਾ ਥੱਲੇ, ਬਿਲਕੁਲ ਸੱਜੇ ਪਾਸੇ ਲਿਖਿਆ, ਐਂ ਕਿਨਾਰੇ ਬਾਣੀ ਸਾਰੀ ਲਿਖ ਕੇ ਤੇ ਇਹ ਮੰਗਲਾ ਚਰਨ ਬਿਲਕੁਲ ਇੱਕ ਪਾਸੇ ਤੇ ਲਿਖਿਆ, ਸੱਜੇ ਪਾਸੇ। ਵਿਦਵਾਨਾਂ ਨੇ ਅੰਦਾਜ਼ਾ ਲਾਇਆ ਕਿ ਸੱਜੇ ਪਾਸੇ ਦਾ ਮਤਲਬ ਇਹ ਉੱਪਰ ਹੈ, ਤੇ ਮੂਲ ਮੰਤਰ ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ, ਪਹਿਲੇ, ਸਭ ਤੋਂ ਪਹਿਲੇ। ਕੋਈ ਬਾਣੀ, ਕੋਈ ਰਾਗ ਉਚਾਰਨ ਕਰਨਾ ਹੈ ਤਾਂ ਮੰਗਲਾ ਚਰਨ ਪਹਿਲੇ ਹੈ। ਪਰ ਬਾਅਦ ਦੇ ਚੂੰਕਿ ਵਿਵਾਦ ਬਹੁਤ ਵੱਧ ਗਿਆ, ਬਹੁਤ ਵੱਧ ਗਿਆ, ਤੇ ਕਈ ਟਕਸਾਲਾਂ ਆਪਸ ਦੇ ਟਕਰਾਈਆਂ, ਤੋ ਬਕਾਇਦਾ ਨਾਪ ਕੇ ਦੇਖਿਆ ਗਿਆ ਵੀ ਉਹ ਜਿਹੜਾ ਸੱਜੇ ਪਾਸੇ ਜਿਤਨਾ ਥੱਲੇ ਜਾਂ ਜਿਤਨਾ ਉੱਪਰ ਲਿਖਿਆ ਆ ਉਸ ਢੰਗ ਨਾਲ ਹੀ ਲਿਖਿਆ ਗਿਆ, ਉਸ ਢੰਗ ਨਾਲ ਹੀ ਛਾਪਿਆ ਗਿਆ। ਵਰਨਾ ਇਹ ਮੰਗਲਾ ਚਰਨ ਉੱਪਰ ਥੱਲੇ ਨਹੀਂ ਲਿਖੇ ਹੋਏ, ਬਿਲਕੁਲ ਸੱਜੇ ਪਾਸੇ ਲਿਖੇ ਹੋਏ, ਹੱਥ ਨਾਲ ਲਿਖੇ ਹੋਏ। ਔਰ ਸਾਰੀ ਬੀੜਾਂ ਉਹਨਾਂ ਦੇ ਨਾਲ ਹੱਥ ਨਾਲ ਜੋ ਹੈ ਲਿਖੀਆਂ ਜਾਂਦੀਆਂ ਸਨ,
ਹੁਣ ਜਿੱਥੇ ਜਿੱਥੇ ਉਹ ਹੱਥ ਨਾਲ ਲਿਖਿਆ ਹੋਇਆ ਥੋੜਾ ਜਿਹਾ ਉੱਪਰ ਹੈ, ਉੱਥੇ ਤੇ ਮੰਗਲਾ ਚਰਨ ਉੱਪਰ ਕਰ ਦਿੱਤਾ ਗਿਆ, ਤੇ ਜਿੱਥੇ ਜਿੱਥੇ ਉਹ ਸੱਜੇ ਪਾਸੇ ਲਿਖਿਆ ਥੋੜਾ ਜਿਹਾ ਥੱਲੇ ਪ੍ਰਤੀਤ ਆਉਂਦਾ, ਉਹਨੂੰ ਰਾਗ ਦੇ ਤੇ ਮਹੱਲੇ ਦੇ ਥੱਲੇ ਲਿਖਿਆ ਗਿਆ। ਇਸ ਢੰਗ ਨਾਲ ਇਹ ਫੈਸਲਾ ਹੋਇਆ। ਖੈਰ, ਇਹ ਲੰਬੀਆਂ ਚੌੜੀਆਂ ਗੱਲਾਂ ਵਿੱਚ ਮੈਂ ਤੁਹਾਡਾ ਬਹੁਤ ਸਾਰਾ ਵਕਤ ਜੋ ਹੈ ਨਾ ਲਵਾਂ। ਤੋ ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ ਮੰਗਲ, ਮੂਲ ਮੰਤਰ, ਬੁਨਿਆਦੀ ਮੰਤਰ, ਜਿਸ ਦੇ ਆਧਾਰ ਦੇ ਉੱਤੇ ਸਭ ਕੁਝ ਖੜਾ ਕੀਤਾ ਗਿਆ। ਤੋ ਸਿੱਖ ਜਗਤ ਦੇ ਗੁਰੂ ਘਰ ਦੇ ਇਹ ਮੂਲ ਮੰਗਲ ਹੈ, ਮੂਲ ਮੰਗਲਾਚਰਨ ਹੈ, ਮੂਲ ਮੰਤਰ ਹੈ, ਜਿਸ ਦੇ ਪਰਮਾਤਮਾ ਦੇ ਬੁਨਿਆਦੀ ਗੁਣਾਂ ਦਾ ਜ਼ਿਕਰ ਕਰ ਦਿੱਤਾ ਗਿਆ। ਤੋ ਚੂੰਕਿ ਦਾਸ ਪ੍ਰਥਮ ਇੱਕ ਦੋ ਦਫ਼ਾ ਜਪਜੀਤ ਸਾਹਿਬ ਦੀ ਕੁਝ ਪੌੜੀਆਂ ਤੇ ਮੂਲ ਮੰਤਰ ਅਰਥ ਆਪ ਜੀ ਦੇ ਸਾਹਮਣੇ ਕਰ ਚੁੱਕੇ ਹੈ, ਸਿਰਫ ਮੁਕਤਸਰ ਰੂਪ ਵਿੱਚ ਅਰਜ਼ ਕਰਾਂ। ਇੱਕ ਓਅੰਕਾਰ ਉਦਾਸੀ, ਇਸ ਨੂੰ ਉਹਨਾਂ ਦਾ ਬਹੁਤ ਸਾਰਾ ਪੱਖ ਕਾਰ ਨਹੀਂ ਪੜਦਾ, ਇੱਕ ਓਅੰ ਕਰਕੇ ਪੜਦਾ, ਤੇ ਕਈਆਂ ਨਾਲ ਇਸ ਸੰਬੰਧਿਤ ਕਾਫੀ ਬਹਿਸ ਮੁਬਾਸਾ ਵੀ ਹੋਇਆ। ਉਹ ਕਹਿੰਦੇ ਨੇ ਸ਼ਬਦ ਇਹ ਧੁਨ ਇੱਕ ਓਅੰ ਹੈ, ਔਰ ਜਦ ਵੀ ਕਿਸੇ ਨੇ ਅਨਾਹਤ ਵਿੱਚ ਸੁਣੀ ਹੈ ਤੇ ਓਅੰ ਹੈ, ਲੇਕਿਨ ਚੂੰਕਿ ਲਿਖਤੀ ਮਿਲਦਾ ਹੈ, ਓਅੰਕਾਰ ਪੂਰਾ ਲਿਖਤੀ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਤੇ ਬਕਾਇਦਾ ਇੱਕ ਬਾਣੀ ਹੈ ਜਿਸ ਬਾਣੀ ਦਾ ਨਾਂ ਹੈ ਓਅੰਕਾਰ। ਗੁਰੂ ਗ੍ਰੰਥ ਸਾਹਿਬ ਦੇ ਇੱਕ ਬਾਣੀ ਹੈ, ਜਿਵੇਂ ਇਸ ਬਾਣੀ ਦਾ ਨਾਂ ਸੋਹਿਲਾ ਹੈ, ਉਸ ਬਾਣੀ ਦਾ ਨਾਂ ਹੀ ਓਅੰਕਾਰ ਹੈ। ਦੱਕਣੀ ਓਅੰਕਾਰ, ਦੱਕਣੀ ਰਾਮ ਕੱਲੀ ਦੱਕਣੀ, ਕਿਉਂਕਿ ਰਾਮ ਕੱਲੀ ਵੀ ਦਕਸ਼ਣ ਦੀ ਅਲੱਗ ਹੈ, ਪੂਰਬ ਦੀ ਅਲੱਗ ਹੈ। ਤੋ ਦਕਸ਼ਣ ਭਾਰਤੀ ਸੰਗੀਤ ਦੀ ਜਿਹੜੀ ਰਾਮ ਕੱਲੀ ਹੈ, ਉਹਦੇ ਵਿੱਚ ਸਤਿਗੁਰ ਨੇ ਇੱਕ ਬਾਣੀ ਉਚਾਰਨ ਕੀਤੀ ਹੈ, ਜੋ ਵਾਸਤਵਿਕ ਉਸ ਬਾਣੀ ਦਾ ਨਾਮ ਹੈ ਓਅੰਕਾਰ, ਤੇ ਓਅੰਕਾਰ ਦੀ ਸਾਰੀ ਜੋ ਹੈ ਤਸ਼ਰੀਹ ਕੀਤੀ ਹੈ। ਕਾਰ ਕਹਿਣ ਲੈਣ ਨੂੰ ਲਕੀਰ ਨੂੰ, ਤੋ ਊੜਾ ਪਾ ਕੇ ਉੱਪਰ ਜਿਹੜੀ ਲੰਬੀ ਲਕੀਰ ਖਿੱਚ ਦਿੱਤੀ ਹੈ, ਇਹ ਕਾਰ ਛੋਟਾ ਰੂਪ ਇੱਕ ਓਅੰਕਾਰ। ਜੈਨੀਆਂ ਦਾ ਇਹ ਗੁਰਮੰਤਰ ਹੈ ਓਅੰਕਾਰ, ਜੈਨੀ ਲੋਕ ਓਅੰਕਾਰ ਓਅੰਕਾਰ ਜਪਦੇ। ਸਨਾਤਨ ਮਤ ਵਿੱਚ ਵੀ ਇਹ ਸ਼ਬਦ ਮੌਜੂਦ ਹੈ ਓਅੰਕਾਰ, ਔਰ ਸਨਾਤਨ ਮਤ ਵਿੱਚ ਬਕਾਇਦਾ ਇੱਕ ਬਹੁਤ ਵੱਡਾ ਤੀਰਥ ਹੈ, ਉਸ ਤੀਰਥ ਦਾ ਨਾਂ ਵੀ ਓਅੰਕਾਰ, ਬਹੁਤ ਵੱਡਾ ਸ਼ਹਿਰ ਹੈ, ਉਸ ਸ਼ਹਿਰ ਦਾ ਨਾਂ, ਰੇਲਵੇ ਸਟੇਸ਼ਨ ਦਾ ਨਾਂ ਵੀ ਓਅੰਕਾਰ ਜੀ। ਇਸ ਤੇ ਕੁਝ ਤਵਾਰੀਖੀ ਸਬੂਤ ਮਿਲ ਗਏ ਨੇ ਕਿ ਗਾਲਬਨ ਇਹ ਸ਼ਬਦ 3-4 ਹਜ਼ਾਰ ਸਾਲ ਪੁਰਾਣਾ ਹੈ ਓਅੰਕਾਰ, ਔਰ ਕਿਸੇ ਨੇ ਆਪਣੇ ਅਨਾਹਤ ਦੇ ਇਸ ਨੂੰ ਸੁਣਿਆ, ਤੇ ਕਈ ਧਰਮਾਂ ਦਾ ਇਹ ਗੁਰਮੰਤਰ ਬਣੇ। ਗੁਰੂ ਘਰ ਵਿੱਚ ਇਹ ਮੂਲ ਮੰਤਰ ਦਾ ਹਿੱਸਾ ਹੈ, ਪਰ ਥੋੜੇ ਜਿਹਾ ਵਡਿਆਈ ਦੇ ਨਾਲ, ਵੱਖਪਣੇ ਦੇ ਨਾਲ, ਜਗਤ ਨਾਲੋਂ। ਇੱਕ ਓਅੰਕਾਰ, ਉੱਥੇ ਕੇਵਲ ਓਅੰਕਾਰ ਹੈ, ਏਕਾ ਜੋੜਿਆ ਸਤਿਗੁਰ ਨੇ। ਸਿੱਖ ਜਗਤ ਦੇ ਆਲਮ ਤੇ ਵਿਆਕਰਨ ਦੇ ਪੰਡਿਤ ਐਸਾ ਕਹਿੰਦੇ ਨੇ, ਕਿਉਂਕਿ ਓਅੰਕਾਰ 3 ਧੁਨੀਆਂ ਦੀ ਇੱਕ ਧੁਨੀ ਹੈ, 3 ਸ਼ਬਦਾਂ ਦੇ ਜੋੜ ਤੋਂ ਇੱਕ ਸ਼ਬਦ ਬਣੇ, ਆਕਾਰ ਓਕਾਰ ਮਕਾਰ। ਕੁਛ ਵੱਖ ਵੱਖ ਇਹ ਧੁਨੀਆਂ ਜੋ ਸੁਣੀਆਂ ਗਈਆਂ, ਉਸਨੇ ਇੱਕ ਧੁਨੀ ਦਾ ਰੂਪ ਲੈ ਲਿਆ ਓਅੰਕਾਰ। ਅਰਥ ਉਸਦੇ ਕੀਤੇ ਗਏ ਸਨ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਸਹਿਜੇ ਸਹਿਜੇ ਜਿਨ੍ਹਾਂ ਨੇ ਇਸ ਧੁਨੀ ਨੂੰ ਸੁਣਿਆ ਸੀ ਤੇ ਸਮਝਿਆ ਸੀ, ਇਹ ਬੋਲ ਆ ਗਏ ਅਗਿਆਨੀਆਂ ਦੇ ਹੱਥ ਵਿੱਚ। ਅਕਸਰ ਬ੍ਰਹਮ ਗਿਆਨੀਆਂ ਦੇ ਬਚਨ, ਉਹਨਾਂ ਦੇ ਫਿਰ ਅਰਥ ਮੇਰੇ ਜੈਸੇ ਬੰਦੇ ਕਰਦੇ ਨੇ, ਔਰ ਮੈਂ ਹਕੀਕਤ ਤੁਹਾਡੇ ਸਾਹਮਣੇ ਰੱਖਦਿਆਂ ਹੁਣ, ਜੋ ਸਤਿਗੁਰੂ ਦਾ ਇੱਥੇ ਅਨੁਭਵ ਹੈ ਤੇ ਕੋਈ ਵਰਣਨ ਨਹੀਂ ਕਰ ਸਕਦਾ ਤੇ ਨਾ ਮੈਂ ਕਰ ਸਕਦਾ।
ਕਿਉਂਕਿ ਮੇਰੀ ਇਤਨੀ ਪਹੁੰਚ ਹੀ ਨਹੀਂ, ਮੇਰੀ ਇਤਨੀ ਸਮਝ ਨਹੀਂ। ਤੋ ਬ੍ਰਹਮ ਗਿਆਨੀਆਂ ਦੇ ਬੋਲ ਆ ਜਾਂਦੇ ਨੇ ਅਕਸਰ ਅਗਿਆਨੀਆਂ ਦੇ ਹੱਥ, ਰਸਕ ਬੰਦਿਆਂ ਦੇ ਬੋਲ ਆ ਜਾਂਦੇ ਨੇ ਅਕਸਰ ਬੇਰਸਕ ਪੁਰਸ਼ਾਂ ਦੇ ਕੋਲ। ਤੋ ਤੇ ਉਤਨਾ ਹੀ ਬਿਆਨ ਕਰਨਗੇ ਜਿਤਨੀ ਸਮਝ ਹੈ, ਉਤਨਾ ਹੀ ਕਹਿਣਗੇ ਜਿਤਨਾ ਉਹ ਜਾਣਦੇ ਨੇ। ਇਸ ਵਾਸਤੇ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਨੇ ਇਹੀ ਆਖਿਆ, ਤੇ ਜਿਹੜਾ ਦਾਅਵਾ ਕਰੇ ਉਹ ਸਤਿਗੁਰ ਦੀ ਹਜ਼ੂਰੀ 'ਚ ਬੈਠ ਕੇ ਬਹੁਤ ਵੱਡਾ ਝੂਠ ਬੋਲਦਾ। ਹਾਂ, ਅਗਰ ਕੋਈ ਉਸੇ ਸਟੇਜ 'ਤੇ ਪਹੁੰਚਿਆ, ਉਸੇ ਹੀ ਅਵਸਥਾ ਵਿੱਚ ਪਹੁੰਚਿਆ ਜਿਸ ਅਵਸਥਾ ਵਿੱਚ ਇਹ ਖਸਮ ਦੀ ਬਾਣੀ ਪ੍ਰਗਟ ਹੋਈ, ਤਾਂ ਤੇ ਅਰਥ ਕਹਿ ਦਈਏ ਗੁਰੂ ਆਸ਼ੇ ਅਨੁਸਾਰ। ਵਰਨਾ ਇੰਝ ਆਖਣਾ ਪਏਗਾ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਕਹਿੰਦੇ ਨੇ ਭਾਈ ਮਨੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਵੀ ਕੀਤੀ ਸੀ, ਪਾਤਸ਼ਾਹ ਬਾਣੀ ਦੇ ਅਰਥ ਕਰ ਦਿਓ, ਤੁਸੀਂ ਆਪ ਕਰ ਲਓ, ਮਿਹਨਤ ਕਰੋ ਥੋੜ੍ਹੀ, ਤਾਂ ਕਿ ਅਰਥਾਂ ਦਾ ਵਿਵਾਦ ਨਾ ਖੜਾ ਹੋਵੇ। ਸਾਹਿਬ ਕਹਿਣ ਲੱਗੇ ਨਹੀਂ, ਕਿ ਇਤਨਾ ਗਹਿਰਾ ਸਾਗਰ ਹੈ ਜਿਹਦੀ ਕੋਈ ਸਦਾ ਨਹੀਂ, ਅਤੇ ਜਿਹੜਾ ਜਿਤਨੀ ਡੁਬਕੀ ਲਾ ਲਵੇਗਾ ਉਹਨੂੰ ਉਤਨੇ ਅਰਥਾਂ ਦੀ ਸਮਝ ਆ ਜਾਵੇ। ਔਰ ਇਹਦੀ ਤੈਅ ਨਹੀਂ। ਇਸ ਵਾਸਤੇ ਮੈਂ 50 ਟੀਕੇ ਜਪਜੀ ਸਾਹਿਬ ਦੇ ਵੇਖੇ ਨੇ, ਇੱਕ ਦੂਜੇ ਨਾਲ ਨਹੀਂ ਮਿਲਦਾ, ਦੂਜਾ ਤੀਜੇ ਨਾਲ ਨਹੀਂ, ਤੀਜਾ ਚੌਥੇ ਨਹੀਂ। ਤੇ ਮੇਰੀ ਜ਼ਮੀਰ ਇਹ ਵੀ ਨਹੀਂ ਕਹਿੰਦੀ ਕਿ ਉਹਨਾਂ 'ਚ ਕੋਈ ਗਲਤ ਹੈ, 50 ਦੇ 50 ਠੀਕ ਨੇ, ਗਲਤ ਇੱਕ ਵੀ ਨਹੀਂ। ਤੇ ਗਜ਼ਬ ਦੀ ਗੱਲ ਇਹ ਹੈ ਕਿ 50 ਆਪਸ ਵਿੱਚ ਮਿਲਦੇ ਵੀ ਕੋਈ ਨਹੀਂ। ਭਾਈ ਵੀਰ ਸਿੰਘ ਜੀ ਦਾ ਕੋਈ ਮੇਲ ਭਾਈ ਸੰਤੋਖ ਸਿੰਘ ਜੀ ਦੇ ਨਾਲ ਨਹੀਂ ਹੈ, ਜੋ ਉਹਨਾਂ ਨੇ ਗਰਭ ਗਜਨੀ 'ਚ ਲਿਖਿਆ ਹੈ। ਤੇ ਭਾਈ ਸੰਤੋਖ ਸਿੰਘ ਜੀ ਦਾ ਕੋਈ ਮੇਲ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਨਹੀਂ ਹੈ। ਸਾਹਿਬ ਸਿੰਘ ਦਾ ਕੋਈ ਮੇਲ ਉਦਾਸੀਆਂ ਨਾਲ ਨਹੀਂ ਹੈ। ਉਦਾਸੀਆਂ ਦੇ ਕੀਤੇ ਹੋਏ ਟੀਕੇ ਦਾ ਕੋਈ ਮੇਲ ਨਹੀਂ ਹੈ ਫਰੀਦਕੋਟੀਆਂ ਦੇ ਟੀਕੇ ਨੂੰ, ਜੋ ਮਹਾਰਾਜਾ ਫਰੀਦਕੋਟ ਨੇ ਕਰਾਇਆ, ਅੱਜ ਵੀ ਮੌਜੂਦ ਹੈ, ਪੰਜਾਬ ਗੌਰਮੈਂਟ ਨੇ ਛਾਪ ਦਿੱਤਾ। ਨਿਰਮਲਿਆਂ ਦੇ ਪੰਡਿਤ ਗਣੇਸ਼ਾ ਸਿੰਘ ਨੇ ਤੇ ਹੋਰ ਅਨੇਕਾਂ ਆਲਮਾਂ ਨੇ ਤੇ ਪੰਡਿਤ ਸੁੱਚਾ ਸਿੰਘ ਜੀ ਨੇ ਹੋਰ ਢੰਗ ਦੇ ਅਰਥ ਕੀਤੇ ਨੇ। ਔਰ ਹੈਰਾਨਗੀ ਹੋ ਜਾਂਦੀ ਹੈ, ਛੋਟੀ ਤੇਜਾ ਸਿੰਘ, ਇਸ ਤੋਂ ਇਲਾਵਾ ਹੋਰ ਅਨੇਕਾਂ ਆਲਮਾਂ ਨੇ, ਪੰਡਿਤ ਨਰੈਣ ਸਿੰਘ ਮੁਜੰਗਾ ਵਾਲੇ ਨੇ, ਕਿਸ ਕਿਸ ਦਾ ਨਾਂ ਗਿਣੀਏ, ਜਪਜੀ ਸਾਹਿਬ ਦੇ ਇਤਨੇ ਅਰਥ ਔਰ ਇੱਕ ਦੂਜੇ ਨਾਲ ਮਿਲਦਾ ਨਹੀਂ, ਦੂਜਾ ਤੀਜੇ ਨਾਲ ਮਿਲਦਾ ਨਹੀਂ। ਤੋ ਆਮ ਬੰਦਾ ਤੇ ਕਹਿ ਦੇਗਾ ਕਿ ਕਰੀਬਨ ਕਰੀਬਨ, ਜਾਂ ਤੇ ਫਿਰ ਸਾਰੇ ਹੀ ਸੱਚ ਨੇ ਜਾਂ ਸਾਰੇ ਹੀ ਝੂਠ ਨੇ, ਕਿਉਂਕਿ ਮਿਲਦੇ ਨੇ, ਇੱਕ ਦੂਜੇ ਨਾਲ ਮਿਲਦਾ ਨਹੀਂ, ਦੂਜਾ ਤੀਜੇ ਨਾਲ ਨਹੀਂ ਮਿਲਦਾ। ਤੋ ਜੋ ਕੁਛ ਨਿੱਕੇ ਜਿਹੇ ਅਨੁਭਵ ਦੀ ਗੱਲ ਆਈ ਹੈ ਸਾਰੀ ਠੀਕ ਨੇ, ਕਿਉਂਕਿ ਇਹ ਐਸਾ ਸਾਗਰ ਹੈ, ਇਹਦੀ ਤਹਿ ਤੇ ਹੈ ਕੋਈ ਨਹੀਂ। ਜਿਹੜਾ ਜਿਤਨਾ ਚਲਾ ਗਿਆ ਗਹਿਰਾ, ਉਹਨੂੰ ਉਤਨੀ ਵਿਚਾਰ ਹੱਥ 'ਚ ਆ ਗਈ। ਤੋ ਪੰਡਿਤ ਨਰੈਣ ਸਿੰਘ ਨੇ 20 ਸਾਲ ਮਿਹਨਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਛ ਹਿੱਸਿਆਂ ਦਾ ਟੀਕਾ ਕੀਤਾ, ਤਰਜਮਾ ਕੀਤਾ, ਲੇਕਿਨ ਉਹ ਅਰਥ ਭਾਈ ਸੰਤੋਖ ਸਿੰਘ ਨਾਲ ਨਹੀਂ ਮਿਲਦੇ, ਪੁਰਾਣੇ ਟੀਕਿਆਂ ਨਾਲ ਨਹੀਂ ਮਿਲਦੇ, ਪ੍ਰਿੰਸੀਪਲ ਸਾਹਿਬ ਸਿੰਘ ਦੇ ਨਹੀਂ ਮਿਲਦੇ, ਭਾਈ ਵੀਰ ਸਿੰਘ ਦੇ ਨਹੀਂ ਮਿਲਦੇ, ਫਰੀਦਕੋਟੀਆਂ ਦਾ ਟੀਕਾ ਮੇਲ ਨਹੀਂ ਖਾਂਦਾ, ਸਭ ਵੱਖ ਵੱਖ ਪ੍ਰਤੀਤ ਆਉਂਦੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕਿਹਾ ਬਿਲਕੁਲ ਠੀਕ ਕਿਹਾ, ਮਨੀ ਸਿੰਘ ਜਿਸ ਦੀ ਬੁੱਧ ਜਿਤਨੀ ਗਹਿਰੀ ਡੁਬਕੀ ਲਾ ਲਵੇਗੀ, ਵਿਚਾਰ ਉਤਨੀ ਪੱਲੇ ਪੈ ਜਾਵੇ। ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਇਹੀ ਵਿਚਾਰ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਕੋਈ ਬੰਦਾ ਐਸਾ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਦੇ ਇਸ ਸ਼ਬਦ ਦੀ ਵਿਚਾਰ ਦਾ ਅਸੀਂ ਭੋਗ ਪਾ ਦਿੱਤਾ, ਸਮੇਂ ਦਾ ਭੋਗ ਪਿਆ ਹੈ, ਬੰਦੇ ਤੇਰੇ ਦਿਮਾਗ ਦਾ ਭੋਗ ਪੈ ਗਿਆ, ਤੇਰੀ ਸੋਚਣ ਸ਼ਕਤੀ ਦਾ ਭੋਗ ਪੈ ਗਿਆ, ਗੁਰੂ ਨਾਨਕ ਦੇ ਸ਼ਬਦ ਦਾ ਭੋਗ ਨਹੀਂ ਪਿਆ। ਉਹ ਤੇ ਤੇਰੇ ਜੈਸੇ ਕਰੋੜਾਂ ਦਿਮਾਗ ਵੀ ਆ ਜਾਣ ਤਾਂ ਵੀ ਨਹੀਂ ਭੋਗ ਪਾ ਸਕਣਗੇ।
ਇਹ ਤੇ ਅਥਾਹ ਸਾਗਰ ਹੈ ਜਿਹਦੀ ਤੈਅ ਨਹੀਂ ਲੱਭੀ ਜਾ ਸਕਦੀ, ਜਿਹਦੀ ਤੈਅ ਦੇ ਚ ਨਹੀਂ ਪਹੁੰਚਿਆ ਜਾ ਸਕਦਾ। ਤੋ ਮੈਂ ਅਰਜ਼ ਕਰਾਂ, ਉਸੇ ਹੀ ਪਰੰਪਰਾ ਨੂੰ ਮੁੱਖ ਰੱਖਦੇ ਹੋਇਆਂ ਦਿਲੀ ਗੱਲ, ਆਪਣਾ ਵੀ ਕੋਈ ਦਾਅਵਾ ਨਹੀਂ ਕਿ ਗੁਰੂ ਆਸ਼ੇ ਅਨੁਸਾਰ ਅਰਥ ਹੋਣਗੇ। ਗੁਰੂ ਦੀ ਗੱਲ ਗੁਰੂ ਜਾਣੇ, ਅਕਾਲ ਪੁਰਖ ਜਾਣੇ, ਜਿਤਨੀ ਸਮਝ ਜਿਤਨੇ ਅਰਥ ਆਉਂਦੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਤੇ ਕੋਈ ਦਾਅਵਾ ਨਹੀਂ ਕਿ ਗੁਰੂ ਆਸ਼ੇ ਅਨੁਸਾਰ, ਗੁਰੂ ਦੀ ਗੱਲ ਗੁਰੂ ਜਾਣੇ। ਕਿਤਨਾ ਅਥਾਹ ਸਾਗਰ, ਤੇ ਜੇ ਗੁਰੂ ਦੇ ਆਸ਼ੇ ਦੀ ਸਮਝ ਆ ਗਈ ਫਿਰ ਤੇ ਬੰਦਾ ਬ੍ਰਹਮ ਗਿਆਨੀ ਹੋ ਗਿਆ, ਫਿਰ ਤੇ ਪਹੁੰਚ ਗਿਆ, ਫਿਰ ਤੇ ਟਿਕਾਣੇ ਤੇ ਪਹੁੰਚ ਗਿਆ, ਮੰਜ਼ਲੇ ਮਕਸੂਦ ਤੇ ਪਹੁੰਚ ਗਿਆ। ਤੇ ਇਸ ਤਰ੍ਹਾਂ ਦੀ ਪਹੁੰਚ ਦਾ ਆਪਣਾ ਕੋਈ ਦਾਅਵਾ ਨਹੀਂ। ਤੋ ਮੁਕਤਸਰ ਮੈਂ ਅਰਜ਼ ਕਰਾਂ, ਓਅੰਕਾਰ ਦੀ ਧੁਨ ਜੋ ਅਨਾਹਦ ਨਾਦ ਦੇ ਰੂਪ ਵਿੱਚ ਮਹਾਂਪੁਰਸ਼ਾਂ ਨੇ ਸੁਣੀ, ਸੰਸਕ੍ਰਿਤ ਗ੍ਰੈਮਰ ਦੇ ਗਿਆਨੀਆਂ ਨੇ ਇਸ ਨੂੰ ਨਿਖੇੜ ਕੇ ਤਿੰਨ ਸ਼ਬਦਾਂ ਦੀ ਇੱਕ ਧੁਨ ਦੱਸੀ ਤੇ ਇਹਦੇ ਅਰਥ ਕੀਤੇ, ਆਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਇਹ ਕੀਮਤੀ ਬੋਲ ਆ ਗਏ ਅਗਿਆਨੀਆਂ ਦੇ ਹੱਥ, ਤੇ ਉਹਨਾਂ ਨੇ ਫਿਰ ਅਰਥ ਇਸਦੇ ਕਰ ਦਿੱਤੇ ਕਿ ਵਾਕਈ ਕੋਈ ਤਿੰਨ ਰੱਬ ਨੇ, ਉਤਪਤੀ ਕਰਨ ਵਾਲਾ ਵੱਖ ਹੈ, ਪਾਲਣਾ ਕਰਨ ਵਾਲਾ ਵੱਖ ਹੈ, ਨਾਸ ਕਰਨ ਵਾਲਾ ਵੱਖ ਹੈ। ਜਿਨ੍ਹਾਂ ਨੇ ਅਨਾਹਤ ਧੁਨ ਵਿੱਚ ਉਹ ਓਅੰਕਾਰ ਨੂੰ ਸੁਣਿਆ ਸੀ, ਉਹਨਾਂ ਦੇ ਅੰਦਰ ਤੇ ਇਹ ਪ੍ਰਤੀਤ ਜਾਗੀ ਸੀ ਵੀ ਤਿੰਨ ਕੰਮ ਜਗਤ ਵਿੱਚ ਹੋ ਰਹੇ ਨੇ, ਵਸਤੂਆਂ ਤੇ ਜੀਵ ਜੰਮ ਰਹੇ ਨੇ, ਵਸਤੂਆਂ ਤੇ ਜੀਵ ਟਿਕ ਰਹੀਆਂ ਨੇ ਤੇ ਫਿਰ ਮਿਟ ਰਹੇ ਨੇ। ਕੰਮ ਤਿੰਨ ਤਰ੍ਹਾਂ ਦੇ ਹੋ ਰਹੇ, ਵਸਤੂਆਂ ਦਾ ਜਨਮ ਹੋ ਰਿਹਾ ਹੈ, ਜੀਵਾਂ ਦਾ ਜਨਮ ਹੋ ਰਿਹਾ ਹੈ। ਜੀਵ ਕੁਛ ਦਿਨ ਟਿਕਦੇ ਨੇ, ਵਸਤੂਆਂ ਕੁਛ ਦਿਨ ਟਿਕਦੀਆਂ ਨੇ ਫਿਰ ਮਿਟ ਜਾਂਦੀਆਂ ਨੇ। ਇਹ ਤਿੰਨ ਕੰਮ ਹੋ ਰਹੇ, ਇਹ ਤਿੰਨ ਤਰ੍ਹਾਂ ਦਾ ਪਸਾਰਾ ਜਗਤ ਵਿੱਚ ਹੋ ਰਿਹਾ। ਸੂਰਜ ਜੰਮ ਰਹੇ ਨੇ, ਸੂਰਜ ਟਿਕ ਰਹੇ ਨੇ, ਸੂਰਜ ਮਿਟ ਰਹੇ, ਅਨੰਤ ਸੂਰਜ ਮਿਟ ਚੁੱਕੇ ਨੇ, ਕਈ ਮਿਟਣਗੇ। ਈਸਾਈਅਤ ਦੀ ਇਹ ਗੱਲ ਬਿਲਕੁਲ ਬਚਕਾਨਾ ਜਿਹੀ ਲੱਗਦੀ ਹੈ ਵੀ ਇਹ 4000 ਸਾਲ ਹੋਏ ਨੇ ਇਸ ਪ੍ਰਿਥਵੀ ਨੂੰ ਬਣੇ, ਜ਼ਮੀਨ ਨੂੰ ਬਣੇ। ਤੇ ਚਲੋ, ਜਦੋਂ ਹਜ਼ਰਤ ਈਸਾ ਨੇ ਆਖਿਆ ਗਾਲਬਨ 2000 ਸਾਲ ਇਹ ਵੀ ਹੋ ਗਏ, ਤੇ ਇਸ ਹਿਸਾਬ ਨਾਲ 6000 ਸਾਲ ਬਣਦੇ ਨੇ ਵੀ ਇਹ ਜ਼ਮੀਨ ਬਣੀ ਹੈ 6000 ਸਾਲ। ਤੋ ਈਸਾਈਆਂ ਦੇ ਇਹ ਬੋਲ ਤੇ ਬਿਲਕੁਲ ਥੋਥੇ ਤੇ ਉੱਪਰੋਂ ਨੇ। ਕੁਝ ਐਸੀਆਂ ਚੀਜ਼ਾਂ ਮਿਲੀਆਂ ਨੇ ਜੋ ਹਜ਼ਾਰਾਂ ਸਾਲ ਪੁਰਾਣੀਆਂ ਨੇ, ਉਹਦੇ ਸਬੂਤ ਮੁਹੱਈਆ ਹੁੰਦੇ। ਔਰ ਇਹ ਜ਼ਮੀਨ ਸਿਰਫ 6000 ਸਾਲ ਦੀ ਹੈ ਬਣੀ, ਬਚਕਾਨਾ ਜਿਹੀ ਗੱਲ ਹੈ, ਬੱਚਿਆਂ ਲਈ ਜੋ ਹੈ ਗੱਲ ਹੈ। ਇੱਥੇ ਇੱਕ ਗੱਲ ਸਪਸ਼ਟ ਆਉਂਦੀ ਹੈ ਕਿ ਬਹੁਤ ਗਹਿਰੇ ਕੱਲ ਚੋਂ ਕੋਈ ਧੁਨ ਨਹੀਂ ਉੱਠੀ, ਲੇਕਿਨ ਇਤਨੀ ਗੱਲ ਜ਼ਰੂਰ ਹੈ ਕਿ ਜ਼ਮੀਨ ਮਿਟੇਗੀ, ਇਹਦੀ ਉਮਰ ਕਿ ਪੈਦਾ ਹੋਈ ਸੀ ਇਹ ਟਿਕੀ ਹੋਈ ਹੈ, ਇਹ ਮਿਟੇਗੀ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ। ਸਾਹਿਬ ਕਹਿੰਦੇ ਨੇ ਘਟ ਰਿਹਾ ਸੂਰਜ, ਇਹ ਚੰਦਰਮਾ, ਇਹ ਪ੍ਰਿਥਵੀ, ਤੇ ਜੇ ਘਟ ਰਹੀ ਹੈ ਤੇ ਮਿਟੇਗੀ। ਜੰਮੀ ਹੈ, ਟਿਕੀ ਹੈ, ਟਿਕ ਕੇ ਘਟ ਰਹੀ ਹੈ, ਘਟ ਕੇ ਮਿਟ ਜਾਏਗੀ। ਕੰਮ ਇਹ ਤਿੰਨ ਤਰ੍ਹਾਂ ਦੇ ਜਗਤ ਵਿੱਚ ਹੋ ਰਹੇ ਨੇ। ਅਨੁਭਵੀ ਨੂੰ ਇਹ ਪ੍ਰਤੀਤ ਹੋਇਆ ਕਿ ਕੁਛ ਜੰਮ ਰਿਹਾ, ਕੁਛ ਟਿਕ ਰਿਹਾ, ਮਿਟ ਰਿਹਾ। ਤੋ ਉਹ ਓਅੰਕਾਰ ਦੀ ਧੁਨ ਉਸਦੇ ਅੰਦਰੋਂ ਪੈਦਾ ਹੋਈ ਤੇ ਬਾਅਦ ਵਿੱਚ ਇਹ ਕੀਮਤੀ ਬੋਲ ਸਿਮਾ ਕਰਨੀ ਅਗਿਆਨੀਆਂ ਦੇ ਹੱਥ ਆ ਗਏ। ਅਕਸਰ ਬ੍ਰਹਮ ਗਿਆਨੀਆਂ ਦੇ ਬੋਲ ਸਿਰਫ ਦਿਮਾਗੀ ਤਲ ਤੇ ਜੀਣ ਵਾਲੇ ਮਨੁੱਖਾਂ ਦੇ ਹੱਥੇ 'ਚ ਆ ਜਾਂਦੇ ਨੇ, ਪਰ ਉਹ ਆਪਣੇ ਢੰਗ ਨਾਲ ਅਰਥ ਕਰਦੇ ਨੇ, ਵਿਖੇਵੇਂ ਬਹੁਤ ਵੱਡੇ ਖੜੇ ਹੋ ਜਾਂਦੇ ਨੇ। ਤੋ ਵਿਖੇਵੇਂ ਖੜੇ ਹੋ ਗਏ, ਉਹਨਾਂ ਨੇ ਤਿੰਨ ਰੱਬ ਬਣਾ ਦਿੱਤੇ, ਬ੍ਰਹਮਾ ਵਿਸ਼ਨ ਮਹੇਸ਼। ਬ੍ਰਹਮਾ ਉਤਪਤੀ ਕਰ ਰਿਹਾ, ਵਿਸ਼ਨੂੰ ਪਾਲਣਾ ਕਰ ਰਿਹਾ, ਸ਼ੰਕਰ ਨਾਥ ਤੱਕ ਤਿੰਨ ਰੱਬ ਪੂਜੇ ਗਏ ਔਰ ਪੂਜੇ ਜਾ।
ਅੱਜ ਵੀ ਪੁੱਛੇਗਾ। ਜਿਸ ਵਿੱਚ ਵਿਸ਼ਨੂੰ ਦੇ ਮੰਦਰ ਬਹੁਤ ਜ਼ਿਆਦਾ ਨੇ, ਸ਼ੰਕਰ ਦੇ ਮੰਦਰ ਬਹੁਤ ਜ਼ਿਆਦਾ ਨੇ, ਸਮੁੱਚੇ ਭਾਰਤ ਦਾ ਦਾਸ ਨੇ ਭ੍ਰਮਣ ਕੀਤਾ, ਬ੍ਰਹਮੇ ਦਾ ਇੱਕੋ ਹੀ ਮੰਦਰ ਮੈਂ ਵੇਖੇ, ਹੋਰ ਨਹੀਂ ਕਿਧਰੇ ਵੀ ਨਹੀਂ, ਕਿਤੇ ਵੱਡੇ ਤੀਰਥ ਤੇ ਬ੍ਰਹਮੇ ਦਾ ਕੋਈ ਮੰਦਰ ਨਹੀਂ, ਵਿਸ਼ਨੂੰ ਦੇ ਹੈਗੇ ਨੇ, ਜਾਂ ਵਿਸ਼ਨੂੰ ਦੇ ਅੰਸ਼ਾ ਮਾਤਰ ਜੋ ਅਵਤਾਰ ਹੋਏ ਨੇ ਉਹਨਾਂ ਦੇ ਨੇ, ਜਾਂ ਸ਼ਿਵ ਜੀ ਦੇ ਨੇ। ਹੈਰਾਨਗੀ ਦੀ ਗੱਲ, ਇਹ ਉਤਪਤੀ ਕਰਨ ਵਾਲਾ ਸਾਰੇ ਸੰਸਾਰ ਨੂੰ ਬ੍ਰਹਮਾ, ਤੇ ਬ੍ਰਹਮਾ ਦਾ ਕੋਈ ਮੰਦਰ ਨਹੀਂ। ਉਤਪਤੀ ਤੇ ਹੋ ਗਈ, ਹੁਣ ਉਹਦੇ ਨਾਲ ਕੰਮ ਕੀ, ਗੱਲ ਖਤਮ, ਜਨਮ ਤੇ ਹੋ ਗਿਆ, ਹੁਣ ਬ੍ਰਹਮੇ ਨਾਲ ਤੇ ਕੋਈ ਕੰਮ ਨਹੀਂ, ਹੁਣ ਤੇ ਜੀਵਣਾ ਹੈ ਤੇ ਮਰਨਾ ਹੈ, ਹੁਣ ਤੇ ਵਿਸ਼ਨੂੰ ਨਾਲ ਕੰਮ ਹੈ, ਸ਼ਿਵਜੀ ਨਾਲ ਕੰਮ ਹੈ, ਤੇ ਜਿਨ੍ਹਾਂ ਨਾਲ ਕੰਮ ਹੈ ਉਹਨਾਂ ਦੀ ਪੂਜਾ ਕਰਨੀ, ਉਹ ਤੇ ਹੋ ਗਈ ਖਤਮ, ਲੰਘ ਗਏ, ਬ੍ਰਹਮਾ ਤੇ ਲੰਘ ਗਿਆ, ਉਹਦੇ ਨਾਲ ਕੀ ਸੰਬੰਧ, ਜਨਮ ਤੇ ਹੋ ਗਿਆ, ਉਹਦੇ ਕੋਲ ਕੀ ਲੈਣਾ ਤੈਨੂੰ। ਵਿਸ਼ਨੂੰ ਨੇ ਪਾਲਣਾ ਕਰਨੀ ਹੈ, ਪੂਜਾ ਕਰੀਏ ਪਾਲਣਾ ਹੁੰਦੀ ਰਹੇ, ਤੇ ਮੌਤ ਕਰਨੀ ਹੈ ਸ਼ਿਵਜੀ ਨੇ, ਇਹਦੀ ਵੀ ਪੂਜਾ ਕਰੀਏ ਛੇਤੀ ਮੌਤ ਨਾ ਆਵੇ, ਜਰਾ ਦੂਰ ਰਵੇ ਸਾਡੇ ਘਰ ਤੋਂ, ਇੰਨੀ ਗੱਲ ਹੈ। ਵਿਸ਼ਨੂੰ ਦੀ ਪੂਜਾ ਇਸ ਵਾਸਤੇ ਹੋਈ ਸਾਡੇ ਘਰ ਆਵੇ, ਤੇ ਸ਼ਿਵਜੀ ਦੀ ਪੂਜਾ ਇਸ ਵਾਸਤੇ ਹੋਵੇ ਘਰ ਤੋਂ ਦੂਰ ਰਵੇ, ਇੰਨੀ ਗੱਲ ਹੈ, ਹੋਰ ਕੁਛ। ਇੱਕ ਨੇ ਨਾਸ਼ ਕਰਨਾ, ਇੱਕ ਨੇ ਪਾਲਣਾ ਕਰਨੀ, ਦੋਹਾਂ ਨਾਲ ਕੰਮ ਪੈਣਾ, ਦੋਹਾਂ ਨਾਲ ਪਾਲਾ ਜੋ ਹੈ ਪੈਣਾ, ਲਾਜ਼ਮੀ ਪਾਲਾ ਪੈਣਾ, ਇਸ ਤੋਂ ਬਿਨਾਂ ਜੀਵਨ ਹੋ ਨਹੀਂ ਸਕਦਾ। ਤੋ ਜਿਹਨੇ ਪਾਲਣਾ ਕਰਨੀ ਹੈ ਉਹਦੀ ਪੂਜਾ ਰੱਜ ਕੇ ਹੋਈ, ਪਾਲਣਾ ਕਰਦਾ ਹੈ, ਤੇ ਜਿਹਨੇ ਮੌਤ ਕਰਨੀ ਹੈ ਉਹਦੀ ਵੀ ਰੱਜ ਕੇ ਪੂਜਾ ਹੋਈ, ਬਹੁਤ ਵੱਡੇ ਮੰਦਰ ਨੇ ਸ਼ਿਵ ਜੀ ਦੇ, ਔਰ ਪੂਜਾ ਇਸ ਵਾਸਤੇ ਵੀ ਸਾਡੇ ਘਰ ਤੋਂ ਜ਼ਰਾ ਦੂਰ ਰਹੇ। ਗੱਲ ਜਿਹੜੀ ਇਹ ਤਨਗੀ ਮੂਲ ਜਿਹੜੀ ਗੱਲ ਹੈ ਕਿਤਨੀ ਹੈ, ਬ੍ਰਹਮਾ ਜਨਮ ਤੇ ਹੋ ਗਿਆ, ਹੁਣ ਉਹਦੇ ਨਾਲ ਕੰਮ ਕੀ, ਇਸ ਵਾਸਤੇ ਬ੍ਰਹਮੇ ਦਾ ਕੋਈ ਮੰਦਰ ਨਹੀਂ। ਉਂਝ ਤਿੰਨ ਦੇਵਤਿਆਂ ਦੀ ਧਾਰਨਾ ਹੈ, ਵੀ ਇੱਕ ਉਤਪਤੀ ਕਰ ਰਿਹਾ, ਇੱਕ ਪਾਲਣਾ ਕਰ ਰਿਹਾ, ਇੱਕ ਨਾਸ ਕਰ ਰਿਹਾ। ਆਇਆ ਗੁਰੂ ਨਾਨਕ ਦਾ ਜ਼ਮਾਨਾ, ਆਪਣੇ ਓਅੰਕਾਰ ਦੀ ਧੁਨ ਨਾਲ ਏਕਾ ਜੋੜ, ਇੱਕ ਓਅੰਕਾਰ, ਜਾਂ ਇੰਜ ਕਹਿ ਲਓ ਇਹ ਅਲਹਾਮ, ਇਹ ਖਸਮ ਦੀ ਬਾਣੀ, ਇਹ ਅਨਾਹਦ ਨਾਦ ਗੁਰੂ ਨਾਨਕ ਦੇ ਅੰਦਰ ਜੋ ਪ੍ਰਗਟ ਹੋਇਆ, ਇੱਕ ਓਅੰਕਾਰ, ਉਹ ਇੱਕ ਹੈ। ਇੱਕ ਤੋਂ ਪਾਲਣਾ ਹੋ ਰਹੀ ਹੈ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਨਾਸ ਹੋ ਰਿਹਾ। ਇੱਕ ਓਅੰਕਾਰ, ਔਰ ਜੋ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਉਹ ਸਤ ਸਰੂਪ ਹੈ, ਤੇ ਜੋ ਸਤ ਸਰੂਪ ਹੈ ਉਹ ਗੁਰੂ ਹੈ, ਜਗਤ ਦਾ ਪ੍ਰੇਰਕ ਦਾਤਾ ਹੈ, ਜਗਤ ਨੂੰ ਗਿਆਨ ਦੇਣ ਵਾਲਾ ਹੈ। ਆਦ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਿੱਥੇ ਇੱਕ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਉਹ ਸਤ ਸਰੂਪ ਹੈ, ਉਹ ਗੁਰੂ ਹੈ। ਜਿੱਥੇ ਉਹ ਗੁਰੂ ਹੈ ਉੱਥੇ ਉਹ ਪ੍ਰਸਾਦ ਹੈ, ਦਿਆਲੂ ਹੈ, ਦਇਆ ਦਾ ਘਰ, ਦਇਆ ਉਸਦਾ ਸੁਭਾਅ ਹੈ, ਉਸਦੀ ਹੋਂਦ ਸੱਤ ਹੈ, ਉਹਦਾ ਸੁਭਾਅ ਕੀ ਹੈ, ਪ੍ਰਸਾਦ, ਉਹਦੀ ਦੇਣ ਕੀ ਹੈ, ਗੁਰੂ ਪ੍ਰੇਰਨਾ ਗਿਆਨ, ਉਹਦੀ ਦੇਣ ਕੀ ਹੈ, ਜੀਵਨ ਜ਼ਿੰਦਗੀ, ਤਨ ਦੇ ਤਲ ਦੀ ਉਸਦੀ ਦੇਣ ਜ਼ਿੰਦਗੀ, ਮਨ ਦੇ ਤਲ ਦੀ ਉਸਦੀ ਦੇਣ ਗਿਆਨ, ਗੁਰੂ ਹੈ। ਫਿਰ ਉਸਦਾ ਸੁਭਾਅ ਕੀ ਹੈ, ਪ੍ਰਸਾਦ, ਦਿਆਲੂ ਹੈ। ਸਮੁੱਚਾ ਮੂਲ ਮੰਤਰ ਲਈਏ ਤੇ ਇਸ ਵਿੱਚ ਕਾਫੀ ਸਮਾਂ ਲੱਗ ਜਾਏਗਾ, ਕਿਸੇ ਰੂਪ ਵਿੱਚ ਇੱਥੇ ਜੋ ਲਿਖਿਆ ਹੋਇਆ ਛੋਟੇ ਰੂਪ ਵਿੱਚ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਇੱਕ ਹੈ, ਇੱਕ ਤੋਂ ਪਾਲਣਾ ਉਤਪਤੀ ਤੇ ਨਾਸ ਹੋ ਰਿਹਾ, ਉਹ ਸਤ ਸਰੂਪ ਹੈ, ਔਰ ਉਹ ਜਿਹੜਾ ਸਤ ਸਰੂਪ ਹੈ ਉਹ ਗੁਰੂ ਹੈ, ਪ੍ਰੇਰਨਾ ਦਿੰਦਾ, ਗਿਆਨ ਦਿੰਦਾ। ਅਪਰੰਪਰ ਪਾਰ ਬ੍ਰਹਮ ਪਰਮੇਸ਼ਵਰ, ਨਾਨਕ ਗੁਰ ਮਿਲਿਆ ਸੋਈ ਜੀਓ। ਗੁਰੂ ਨਾਨਕ ਦੇ ਅੰਦਰ ਖਸਮ ਬੋਲੇ ਨੇ, ਖਸਮ ਕੀ ਬੋਲਿਆ, ਗਿਆਨ, ਸ਼ਬਦ, ਦੋਨ। ਤੋ ਉਹ ਗੁਰੂ ਰੂਪ ਹੈ, ਜਿੱਥੇ ਉਹ ਸਤ ਗੁਰੂ ਹੈ ਉੱਥੇ ਉਸਦਾ ਸੁਭਾਅ ਹੈ, ਪ੍ਰਸਾਦ, ਦਿਆਲੂ, ਦਇਆ ਦੀ ਮੂਰਤੀ, ਉਹਦੇ ਚ ਕਠੋਰਤਾ ਨਹੀਂ, ਉਹਦੇ ਚ ਦਇਆ, ਉਹਦੇ ਚ ਖਿਮ ਹੈ,
ਉਹਦੇ ਚ ਬਰਦਾਸ਼ਤ ਦਾ ਮਾਦਾ ਹੈ। ਇਸ ਵਾਸਤੇ ਕਹਿੰਦੇ ਨੇ ਜਦ ਕੋਈ ਖਿਮਾਵਾਨ ਹੋ ਜਾਏ, ਜਦ ਕੋਈ ਦਿਆਲੂ ਹੋ ਜਾਏ, ਤਾਂ ਕਹਿੰਦੇ ਨੇ ਇਹਦੇ ਅੰਦਰ ਰੱਬ ਪ੍ਰਗਟ ਹੋਵੇ, ਇਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਏ, ਕਿਉਂਕਿ ਪਰਮਾਤਮਾ ਦੇ ਗੁਣ ਪ੍ਰਗਟ ਹੋਣਾ ਪਰਮਾਤਮਾ ਪ੍ਰਗਟ, ਪਰਮਾਤਮਾ ਦੇ ਸੁਭਾਅ ਦਾ ਪ੍ਰਗਟ ਹੋਣਾ ਪਰਮਾਤਮਾ ਵਰਗੇ ਸੁਭਾਅ ਦਾ ਹੋ ਜਾਣਾ, ਇੰਝ ਕਹਿ ਲਓ ਇਹ ਪਰਮਾਤਮਾ ਦਾ ਪ੍ਰਗਟ ਹੋਣਾ। ਤੋ ਇੱਥੇ ਤੱਕ ਤੇ ਇਹ ਮੂਲ ਮੰਤਰ, ਮੂਲ ਮੰਗਲ ਛੋਟਾ, ਸੋਹਿਲਾ ਖੁਸ਼ੀ ਦੇ ਗੀਤ, ਤੇ ਖੁਸ਼ੀ ਦਾ ਗੀਤ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ, ਸਿਰਫ ਪ੍ਰਥਮ ਪੰਕਤੀ, ਇੱਕ ਪੰਕਤੀ ਦੇ ਮੈਂ ਅਰਥ ਕਰਦਾ ਹਾਂ, ਸਮਾਂ ਕਾਫੀ ਹੋ ਗਿਆ ਤੇ ਕੱਲ ਮੈਂ ਖੁਲਾਸਾ ਕਰਾਂਗਾ ਪਹਿਲੇ ਸ਼ਬਦ ਦਾ। ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰ। ਸੋਹਿਲਾ ਖੁਸ਼ੀ ਦੇ ਗੀਤ ਕਿੱਥੇ ਗਾਈਏ, ਇਹ ਖੁਸ਼ੀ ਦੇ ਗੀਤ ਕਿੱਥੇ ਸੁਣੀਏ, ਖੁਸ਼ੀ ਦੇ ਗੀਤ ਗਾ ਸਕੀਏ, ਵਿਚਾਰ ਕਿੱਥੇ ਕਰੀਏ। ਮਹਾਰਾਜ ਕਹਿੰਦੇ ਜੈ ਘਰ ਕੀਰਤ ਆਖੀਏ, ਜਿਸ ਘਰ ਦੇ ਵਿੱਚ ਉਸ ਕਰਤੇ ਦੀ ਕੀਰਤੀ ਆਖੀ ਜਾਂਦੀ ਹੈ, ਉਸਦਾ ਕੀਰਤਨ ਹੁੰਦਾ ਤੇ ਉਸਦੀ ਵਿਚਾਰ ਹੁੰਦੀ ਹੈ, ਇਹ ਖੁਸ਼ੀ ਦੇ ਸੋਹਲੇ ਤੂੰ ਉੱਥੇ ਗਾ, ਇਸ ਖੁਸ਼ੀ ਦੀ ਵਿਚਾਰਾਂ ਨੂੰ ਤੂੰ ਉੱਥੇ ਸੁਣ। ਭਾਉ ਸਤਸੰਗ ਭਾਉ ਗੁਰੂ ਦੁਆਰੇ ਹੋਏ ਸੋਜੀ ਪਾਏ, ਜਿੱਥੇ ਬੈਠ ਕੇ ਉਸ ਸੱਚ ਦੀ ਵਿਚਾਰ ਹੋਵੇ, ਜਿੱਥੇ ਬੈਠ ਕੇ ਉਸ ਸੱਚ ਦੀ ਕੀਰਤੀ ਹੋਵੇ, ਉਸ ਘਰ ਦੇ ਵਿੱਚ ਉਸ ਖੁਸ਼ੀ ਦੇ ਸੋਹਲੇ ਨੂੰ ਤੂੰ ਸੁਣ, ਉਹਦੀ ਜੋ ਹੈ ਤੂੰ ਵਿਚਾਰ ਕਰ। ਜੈ ਘਰ ਕੀਰਤ ਆਖੀਏ, ਜਿਸ ਘਰ ਦੇ ਵਿੱਚ, ਜਿਸ ਸਤਸੰਗ ਰੂਪੀ ਘਰ ਦੇ ਵਿੱਚ, ਜਿਸ ਇਕੱਤਰਤਾ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦੀ ਕੀਰਤੀ ਆਖੀ ਜਾ ਰਹੀ ਹੈ, ਉਸਦਾ ਜਸ ਗਾਇਨ ਹੋ ਰਿਹਾ ਹੈ, ਤੇ ਕਰਤੇ ਕਾ ਹੋਏ ਵਿਚਾਰੋ, ਤੇ ਕਰਤੇ ਦੀਆਂ ਵਿਚਾਰਾਂ ਹੋ ਰਹੀਆਂ। ਮੈਂ ਇੱਕ ਨਿੱਕੀ ਜਿਹੀ ਅਰਜ਼ ਕਰਾਂ, ਜੋ ਮਨੁੱਖ ਦੀ ਵਿਚਾਰ ਦਾ ਹਿੱਸਾ ਬਣ ਜਾਏ ਉਹ ਵੀ ਜਗਤ ਦੇ ਵਿੱਚ ਹੈ, ਬਾਕੀ ਜਗਤ ਦੇ ਵਿੱਚ ਨਹੀਂ ਹੈ, ਕੁਛ ਵੀ ਨਹੀਂ ਹੈ। ਜੋ ਸਾਡੀ ਵਿਚਾਰ ਦਾ ਹਿੱਸਾ ਬਣ ਗਿਆ ਉਹ ਹੈ, ਬਾਕੀ ਨਹੀਂ ਹੈ। ਜੋ ਸਾਡੇ ਸੋਚਣੀ ਦਾ ਹਿੱਸਾ ਬਣ ਗਿਆ ਉਹ ਹੈ, ਬਾਕੀ ਨਹੀਂ। ਜੋ ਸਾਡੇ ਮਨ ਦਾ ਹਿੱਸਾ ਬਣ ਗਿਆ ਉਹ ਹੈ, ਬਾਕੀ ਨਹੀਂ ਹੈ। ਭਗਤ ਕਬੀਰ ਜੀ ਮਹਾਰਾਜ ਨੂੰ ਪੁੱਛਿਆ ਗਿਆ, ਤੁਸੀਂ ਰੱਬ ਨੂੰ ਕਿਵੇਂ ਜਾਣਿਆ? ਆਪ ਨੇ ਸਿਰਫ ਦੋ ਪੰਕਤੀਆਂ 'ਚ ਗੱਲ ਮੁਕਾਈ ਹੈ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਮਨ ਮੰਨ ਗਿਆ, ਪਰਮਾਤਮਾ ਸਾਡੀ ਸੋਚਣੀ ਦਾ ਹਿੱਸਾ ਬਣ ਗਿਆ, ਸਾਡੇ ਵਿਚਾਰਾਂ ਦਾ ਹਿੱਸਾ ਬਣ ਗਿਆ, ਅਸੀਂ ਜਾਣ ਲਿਆ, ਅਸੀਂ ਜੁੜ ਗਏ ਉਸਨੂੰ। ਤੋ ਜਿਸ ਘਰ ਦੇ ਕਰਤੇ ਪੁਰਖ ਦੀ ਵਿਚਾਰ ਹੋ ਰਹੀ ਹੈ ਉਸ ਕਰਤੇ ਦੀ, ਔਰ ਜਿਸ ਘਰ ਵਿੱਚ ਉਸਦੀ ਕੀਰਤੀ ਹੋ ਰਹੀ ਹੈ, ਉਸਦਾ ਕੀਰਤਨ ਹੋ ਰਿਹਾ, ਉਸਦੀ ਵਿਚਾਰ ਹੋ ਰਹੀ ਹੈ, ਇਹ ਦੋ ਗੱਲਾਂ ਗੁਰੂ ਘਰ ਵਿੱਚ ਪ੍ਰਧਾਨ, ਵਿਚਾਰ ਤੇ ਕੀਰਤਨ। ਕੀਰਤਨ ਜਿਸ ਵਿੱਚ ਅਪੁਰ ਹੋ ਜਾਣਾ, ਅਡੋਲ ਹੋ ਜਾਣਾ, ਵਿਚਾਰ ਜਿਸ ਵਿੱਚ ਸੋਚਣਾ, ਕੀਰਤਨ ਵਿੱਚ ਸੋਚਣਾ ਨਹੀਂ ਹੈ। ਨਿਰਵਾਉਣ ਕੀਰਤਨ ਗਾਓ ਕਰਤੇ ਕਾ, ਨਿਮਤ ਸਿਮਰਤ ਜਿਤ ਛੂਟੇ। ਕੀਰਤਨ ਸੁਣਦਿਆਂ ਹੋਇਆਂ ਅਗਰ ਕੋਈ ਅਰਥ ਬੋਧ ਵਿੱਚ ਖੋ ਜਾਏ ਵੀ ਸ਼ਬਦ ਦੇ ਅਰਥ ਕੀ ਨੇ, ਇਹ ਪੰਕਤੀ ਜੋ ਰਾਗੀ ਸਿੰਘ ਗਾਇਨ ਕਰ ਰਿਹਾ ਇਹਦੇ ਅਰਥ ਕੀ ਹੋਣਗੇ, ਤੋ ਅਰਥਾਂ 'ਚ ਖੋ ਜਾਏਗਾ, ਕਰਤੇ ਦੀ ਕੀਰਤੀ 'ਚ ਨਹੀਂ ਖੋ ਸਕੇਗਾ, ਕਰਤੇ ਪੁਰਖ ਨਾਲ ਨਹੀਂ ਜੁੜ ਸਕੇਗਾ। ਤੂੰ ਵਿਚਾਰ ਅਰਗ ਕਰ, ਕੀਰਤਨ ਕੇਵਲ ਸੁਣ, ਉਸ ਕਰਤੇ ਦਾ ਕੀਰਤਨ ਕੇਵਲ ਸੁਣ, ਉਸ ਨਾਲ ਜੁੜਨ ਦਾ ਵਸੀਲਾ ਬਣਾ, ਵਿਚਾਰ ਉਸਨੂੰ ਆਪਣੇ ਮਨ ਦਾ ਹਿੱਸਾ ਬਣ, ਆਪਣੀ ਸੋਚਣੀ ਦਾ ਹਿੱਸਾ ਬਣਾ। ਤੋ ਇਹ ਦੋ ਤਰੀਕੇ ਨੇ। ਤੋ ਸਾਹਿਬ ਕਹਿੰਦੇ ਜੈ ਘਰ ਕੀਰਤ ਆਖੀਏ, ਜਿਸ ਘਰ ਵਿੱਚ ਉਸਦੀ ਕੀਰਤੀ ਆਖੀ ਜਾਂਦੀ ਹੈ, ਭਾਵ ਗਾਇਨ ਕੀਤੀ ਜਾਂਦੀ ਹੈ, ਤੇ ਕਰਤੇ ਕਾ ਹੋਏ ਵਿਚਾਰੋ, ਤੇ ਕਰਤੇ ਪੁਰਖ ਦੀਆਂ ਵਿਚਾਰਾਂ ਆਉਂਦੀਆਂ ਨੇ, ਜਿਸ ਘਰ ਵਿੱਚ ਬੈਠ ਗਏ, ਤਿਤ ਘਰ ਗਾਓ ਸੋਹਿਲਾ ਸਿਮਰੋ ਸਿਰਜਣ ਹਾਰੋ। ਉਸ ਘਰ ਵਿੱਚ ਇਹ ਖੁਸ਼ੀ ਦੇ ਗੀਤ ਗਾਓ, ਉਸ ਘਰ ਦੇ ਵਿੱਚ ਇਸ ਤਰ੍ਹਾਂ ਦੇ ਗੀਤ ਦੀ ਵਿਚਾਰ ਕਰੋ, ਉਸ ਸਿਰਜਣਹਾਰ ਨੂੰ ਸਿਮਰੋ,
ਉਸ ਘਰ ਵਿੱਚ ਭਾਵ ਉਸ ਸਤਸੰਗ ਰੂਪੀ ਘਰ ਵਿੱਚ। ਬਾਕੀ ਪੰਕਤੀਆਂ ਦੇ ਵਿਚਾਰ ਕੱਲ ਕਰ ਦੇਵਾਂਗੇ, ਕਾਫੀ ਸਮਾਂ ਹੋ ਗਿਆ। ਤੁਸੀਂ ਦੂਰ ਦੂਰ ਤੱਕ ਘਰਾਂ ਵਿੱਚ ਜਾਣਾ ਹੁੰਦਾ ਤੇ ਤੁਹਾਨੂੰ ਲੇਟ ਨਾ ਕਰੀਏ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਮਤ ਕਰਨ, ਗਾਲਬਨ ਇਹ ਚਾਰ ਪੰਜ ਸ਼ਬਦ ਨੇ ਤੇ ਚਾਰ ਪੰਜ ਦਿਨਾਂ ਵਿੱਚ ਜਿਵੇਂ ਸਤਿਗੁਰ ਦੇਵ ਜੀ ਮਹਾਰਾਜ ਨੇ ਮਿਹਰ ਵਰਤਾਈ, ਕੁਝ ਬੁੱਧੀ ਅਨੁਸਾਰ ਅਰਥ ਭਾਵ ਅਰਥ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਜੋ ਕੁਝ ਆਪਨੇ ਸਰਵਨ ਕੀਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਦੇ ਹਿਰਦੇ ਵਿੱਚ ਵਸਾਵਨ ਤੇ ਸਾਰਿਆਂ ਨੂੰ ਇਸ ਖੁਸ਼ੀ ਦੀ ਦਾਤ ਬਖਸ਼ਣ, ਕਿਉਂਕਿ ਇਸ ਬਾਣੀ ਦਾ ਨਾਂ ਸਤਿਗੁਰ ਨੇ ਖੁਸ਼ੀ ਦੇ ਗੀਤ ਰੱਖਿਆ, ਸੋਹਿਲਾ ਖੁਸ਼ੀ ਦੇ ਗੀਤ। ਤੇ ਮੈਂ ਫਿਰ ਲਵਸ ਚੇਤੇ ਕਰਾ ਦਿਆਂ, ਔਰ ਚੇਤੇ ਰਹਿਣੇ ਚਾਹੀਦੇ ਨੇ। ਜਿਸ ਦਿਨ ਮੌਤ ਖੁਸ਼ੀ ਬਣ ਜਾਂਦੀ ਹੈ ਜ਼ਿੰਦਗੀ ਸਫਲ ਹੋ ਗਈ, ਜਿਸ ਦਿਨ ਮੌਤ ਖੁਸ਼ੀ ਬਣ ਗਈ ਵਾਕਈ ਇਸ ਬੰਦੇ ਨੇ ਕੀਰਤਨ ਸੋਹਿਲਾ ਗਾ ਲਿਆ, ਸੋਹਿਲਾ ਗਾ ਖੁਸ਼ੀ ਦੇ ਗੀਤ ਇਸਨੇ ਗਾ ਲੈਣ। ਸਤਿਗੁਰ ਸਾਡੀ ਜ਼ਿੰਦਗੀ ਸਫਲ ਕਰਨ, ਮਹਾਨ ਬਣਾਵਣ, ਤੇ ਅਸੀਂ ਇਸ ਕੀਰਤਨ ਸੋਹਿਲੇ ਦੀ ਅਹਿਮੀਅਤ ਨੂੰ ਸਮਝ ਸਕੀਏ। ਫੁੱਲ ਚੁੱਕ ਦੀ ਖਿਮਾ ਗਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।